ਹਕੀਮ ਕੀ ਗੱਲ, ਬੜਾ ਸਿਰ ਸੁੱਟਿਆ ਅੱਜ, ਸ਼ੁਕਰ ਆ। ਇੱਕ ਵੱਡਾ ਆਰਡਰ ਆ ਗਿਆ ਯਾਰ, ਬੰਦਾ ਇੱਕ ਜਿਹੜਾ ਨਾ, ਉਹਦਾ ਦਿਮਾਗ ਫਿਰ ਗਿਆ, ਉਹਦੇ ਲਈ ਦਵਾਈ ਬਣਾ ਰਿਹਾ। ਤੇਰਾ ਦਿਮਾਗ ਸੈੱਟ ਵਾ, ਤੂੰ ਹੈਡ ਜਿਹਾ ਪਾ ਕੇ ਆ ਗਿਆ, ਤੂੰ ਹਕੀਮ ਹੈ ਕਿ ਕੌਪ ਆਏ ਆ? ਅਸਲ ਚ ਮਿੱਠੇ ਖਾ, ਮੈਂ ਥੋੜਾ ਜਿਹਾ ਨਾ ਆਪਣੀ ਦਵਾਈ ਹਕੀਮਤ ਇਹਦੇ ਤੋਂ ਬਾਹਰ ਨਿਕਲ ਗਿਆ, ਮੈਂ ਤਾਂ ਤਹਿਕੀਕ ਕਰਨ ਲੱਗ ਪਿਆ ਕਾਲੂ ਖਾਂ। ਓਹ ਹੋ, ਤਹਿਕੀਕ ਸੁਣੋ, ਤੂੰ ਦਵਾਈ ਤੋਂ ਬਾਹਰ ਨਿਕਲਿਆ, ਤੂੰ ਬਰਾਦਰੀ ਚੋਂ ਵੀ ਬਾਹਰ ਨਿਕਲ ਗਿਆ, ਰੱਖੋ ਬੰਦ ਪਿਆ ਵਾ ਸਹੀ ਕਰਨ ਨੂੰ। ਇੱਕ ਮਿੰਟ ਦੀ ਗੱਲ, ਮੈਨੂੰ ਸੁਣਨ ਵਾਲੇ ਲੱਗਦੇ, ਤੂੰ ਕੀ ਕੀਤਾ ਤਹਿਕੀਕ? ਮੈਂ ਚਾਚੀ ਖਾਂ ਤਹਿਕੀਕ ਸ਼ੁਰੂ ਕਰਤੀ ਆ, ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਸਾਨ ਹੋ ਸਕਦੀਆਂ। ਹਾਂ, ਆ ਜਿਹੜੇ ਬੰਦੇ ਸੀੜੀਆਂ ਤੋਂ ਲੱਥਦੇ ਆ, ਪੱਲਾ ਕੱਲਾ ਕੱਲਾ ਪੌਡਾ ਲੱਥ ਕੇ ਆਉਂਦੇ, ਹਾਂ ਹਾਂ, ਜੇ ਇੱਕੋ ਵਾਰੀ ਡਿੱਗਣ ਤੇ ਛੇਤੀ ਪਹੁੰਚ ਸਕਦੇ। ਉਹ ਕਿਦਾਂ? ਓਏ ਮੈਂ ਸਹੀ ਦੱਸਾਂ, ਉਹ ਤੇਰਾ ਬੇੜਾ ਗਰਕ ਆ, ਲੱਕ ਟੁੱਟ ਜਾਣਾ, ਮਣਕੜਾ ਜਾਂਦਾ ਰਹਿਣਾ ਹੀ ਏਦਾਂ। ਆ ਪਸਲੀ ਜਿਹੜੀ ਹੈ ਨਾ, ਸਭ ਤੋਂ ਪਹਿਲੇ ਚੂਰਾ ਚੂਰਾ ਹੋ ਜਾਣੀ ਹੈ ਤੇਰੀ ਫਿੱਟੇ ਨੂੰ ਸੈਂਸ ਤੇ, ਕੋਈ ਤਾਂ ਆਊਗਾ ਫੇਰ ਹੀ ਆਊਗਾ। ਅੱਛਾ ਚਾਚੇ ਖਾਂ, ਮੈਂ ਤੈਨੂੰ ਇੱਕ ਗੱਲ ਦੱਸਾਂ, ਜਿਹੜੇ ਲੋਕਾਂ ਗੱਲਾਂ ਬਣਾਈਆਂ ਨਾ, ਸੂਰਜ ਤੇ ਚੰਨ ਜਿਹੜਾ ਇੱਧਰ ਇੱਧਰ ਹੈ, ਹਾਂ ਹਾਂ, ਸੂਰਜ ਜਿਹੜਾ ਰਾਤ ਨੂੰ ਵੀ ਹੁੰਦਾ ਵਾ, ਉਹ ਜਾ ਕੰਮ ਕਰ। ਹਾਂ, ਲੇਕਿਨ ਪਤਾ ਕਿਉਂ ਨਹੀਂ ਨਜ਼ਰ ਆਉਂਦਾ? ਹਾਂ, ਹਨੇਰਾ ਹੁੰਦਾ ਨਾ। ਓਏ ਮੈਂ ਪੜਿਆ ਵੀ ਆ, ਇਹ ਤੂੰ ਤਹਿਕੀਕ ਨਹੀਂ ਕੀਤੀ, ਤੂੰ ਕਿਤੇ ਨੈਟ ਤੋਂ ਸਰਚ ਕੀਤੀ ਆ? ਨਹੀਂ ਨਹੀਂ ਨਹੀਂ, ਮੇਰੀ ਆਪਣੀ ਤਹਿਕੀਕ ਹੈ ਯਾਰ। ਝੂਠਾ ਜਿਹਾ, ਓਏ ਓਏ, ਹਕੀਮ ਨੂੰ ਸਪਰੇਅ ਕਰੀ ਜਾਂਦਾ, ਉਹਨੂੰ ਸੁੰਡੀ ਪੈ ਗਈ ਆ, ਐਂ ਕਰੀ ਜਾਂਦਾ। ਮੈਂ ਕਿਹਾ ਸਫਾਈ ਕਰਦੀ ਹੈ ਭੋਰਾ ਯਾਰ, ਸਫਾਈ ਕਰੀ ਜਾਂਦਾ। ਮਿੱਠੇ ਖਾਂ, ਮੈਂ ਤਹਿਕੀਕ ਕੀਤੀ ਹੈ ਵੀ ਜਿਹੜੀ ਤੁਸੀਂ ਆ ਬਰਫ਼ ਲੈਣ ਜਾਂਦੇ ਹੋ 50 ਰੁਪਈਆਂ ਦੀ, ਉਹ ਇੰਨੀ ਕੁ ਦਿੰਦੇ ਆ? ਬਿਲਕੁਲ 20-20 ਦੀ, ਦੋ ਜਗ੍ਹਾ ਤੇ ਲਓ, ਜ਼ਿਆਦਾ ਮਿਲੂਗੀ। ਓ ਜੀ ਓਏ ਹਕੀਮਾ, ਦੁੱਖ ਦੂਰ ਕਰਤੇ ਜੀ ਓਏ ਯਾਰ, ਏਦਾਂ ਦੀ ਕਿਸੇ ਨੇ ਅੱਜ ਤੱਕ ਫਜ਼ੂਲ ਸਰਚ ਜਿਹੜੀ ਹੈ ਨਾ, ਕਿਸੇ ਨੇ ਨਹੀਂ ਕੀਤੀ ਹੈ, ਇਹ ਤਹਿਕੀਕ ਆ। ਹਾਂਜੀ, ਜਿਹੜਾ ਪਾਣੀ ਬਾਲਦੇ ਨਾ, ਭਾਫ਼ ਨਿਕਲਦੀ ਨਿਕਲਦੀ ਨਾ ਮਿੱਠੇ ਖਾਂ, ਪਤਾ ਨੀ ਮੈਂ ਤਾਂ ਉੱਠਦਾ ਹੀ 12 ਵਜੇ ਆ। ਨਹੀਂ, ਸਮੁੰਦਰ ਚੋਂ ਜਿਹੜੀ ਭਾਫ਼ ਨਿਕਲਦੀ ਹੈ ਨਾ, ਤੁਹਾਨੂੰ ਪਤਾ ਕੀ ਵਜ੍ਹਾ? ਮੱਛੀਆਂ ਆਪਣਾ ਆਪਣਾ ਨਾਸ਼ਤਾ ਬਣਾਉਂਦੀਆਂ ਹੁੰਦੀਆਂ ਸਵੇਰੇ। ਇੱਕ ਤਹਿਕੀਕ ਮੈਂ ਵੀ ਕੀਤੀ ਆ। ਕੀ? ਆ ਜਦੋਂ ਮਾਚਸ ਕਿਸੇ ਨੂੰ ਫੜਾਓ ਨਾ, ਜਿਹਨੂੰ ਮਰਜ਼ੀ ਫੜਾ ਦੋ, ਉਹ ਖੜਕਾ ਕੇ ਜ਼ਰੂਰ ਦੇਖੇਗਾ। ਹਾਂ, ਸਹੀ ਗੱਲ ਹੈ, ਸਹੀ ਗੱਲ। ਮੈਂ ਵੀ ਇੱਕ ਤਹਿਕੀਕ ਕੀਤੀ ਆ। ਹਾਂ, ਕਿ ਯਾਰ ਤੁਸੀਂ ਬੰਦੇ ਦੇ ਅੱਗੇ ਜਿੰਨਾ ਮਰਜ਼ੀ ਪਾਣੀ ਪਿਆ ਹੋਵੇ, ਲੇਕਿਨ ਉਹ ਨੋਟ ਗਿਣ ਵਾਸਤੇ ਇਹ ਜ਼ਰੂਰ ਕਰੇਗਾ। ਹਾਂ, ਇਹ ਵੀ ਗੱਲ ਹੈ। ਨਹਾਉਂਦਿਆਂ ਜਦੋਂ ਸਾਬਣ ਡਿੱਗ ਪੈਂਦਾ, ਤੁਹਾਨੂੰ ਪਤਾ ਖੁਰੇ ਚ ਐਂ ਕਰਕੇ ਇਹ ਮੈਂ ਤਹਿਕੀਕ ਕੀਤੀ ਹੈ। ਕੱਛ ਛੇ ਸ਼ਕਲ ਦਾ ਮਸਲਾ ਆ। ਕਿਹਦਾ ਮਸਲਾ? ਕੱਛ ਛੇ ਸ਼ਕਲ ਯਾਰ, ਕਹਿੰਦੇ ਨੀ ਵੀ ਕੱਛ ਛੇ ਸ਼ਕਲ ਗੁੰਮ ਕਰ, ਇਹ ਉਹਦਾ ਮਸਲਾ ਆ। ਉਹ ਯਾਰ, ਤੂੰ ਤਾਂ ਇਸ ਵਕਤ ਦਾ ਨਿਊਟਨ। ਮੈਂ ਨਿਊਟਨ ਦੇ ਵੀ ਅਗਲਾ ਵਾਂ, ਪਿਊਟਨ। ਵਾਹ 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 ਵਾਹ। ਓ ਯਾਰ, ਤੂੰ ਹੈਡ ਤਾਂ ਲਾ, ਘਰੋਂ ਦਹੀਂ ਲੈਣਾ, ਕਿੱਡਾ ਵੱਡਾ ਹੈਡ ਪਾ ਲਿਆ, ਕੀ ਬਣ ਕੇ ਵਿਆਹ ਕਰ। ਇੱਕ ਬੰਦੇ ਦਾ ਦਿਮਾਗ ਫਿਰ ਗਿਆ, ਉਹਦੇ ਲਈ ਦਵਾਈ ਤਿਆਰ ਕਰ ਰਹੇ ਆ। ਆ ਲੋ ਲੋ ਲੋ, ਬੰਦਾ ਆ ਹੀ ਗਿਆ ਜੀ। ਸਿੱਧੇ ਚੱਲ ਜਾਓ, ਇਹ ਦਿਮਾਗ ਜਿਹੜਾ ਫਿਰਿਆ ਵਾ, ਉਹ ਕਿਤੇ ਜਾਨੀ ਬਾਦਸ਼ਾਹ ਤਾਂ ਨਹੀਂ? ਨਹੀਂ, ਉਹ ਹੋਰ ਆ। ਲੈ ਵੀ ਆ ਨਹੀਂ ਆਇਆ? ਉਹ ਭਾਜੀ ਪਤਾ ਕੀ ਗੱਲ, ਉਹ ਗਿਆ ਦਾ ਥੋੜਾ ਕੰਮ ਆ ਜਾਂਦਾ। ਉਹ ਕੱਲ ਸਾਰੀ ਦਿਹਾੜੀ ਵਿਹਲਾ ਰਿਹਾ, ਥੱਕ ਗਿਆ ਤੇ ਅੱਜ ਸੁੱਤਾ ਵਾ। ਚਾਹ ਬਣਾ ਫਿਰ ਤੂੰ। ਲੁੱਗੀ ਪੈ ਗਈ ਉਹਦੀ। ਦੁੱਧ ਦੇਖ ਹੈਗਾ ਵਾ? ਹਾਂਜੀ ਹੈਗਾ ਦੁੱਧ। ਚਾਹ ਬਣਾ ਦੇ। ਜਾਨੀ ਖਾਂ, ਮੈਂ ਤਹਿਕੀਕ ਦੱਸਾਂ।
ਆ ਨਾਲ ਸਿਸਟਰ ਡੋਲ ਪਈ ਤੇਰੇ ਕੋ? ਹਾਂਜੀ ਸਿਸਟਰ ਡੋਲ, ਭੈਣਾ ਡੋਲ। ਓਹੋ ਪਈ ਆ? ਉਹ ਬੂਕੀਆਂ ਵਾ, ਹੁਣ ਕੱਲ ਨੂੰ ਲੈ ਕੇ ਆਵਾਂਗੇ। ਪੈਰਾਸੀਟਾ ਮੂਲ ਹੈਗੀ ਆ? ਸਾਡੇ ਬਗੈਰ ਇਹ ਨੀ ਚੱਲ ਸਕਦੀ। ਕੈਸਾ ਸਾਡੀ ਥੱਪੜ ਜਿਹੜਾ ਨਾ, ਥੱਪੜ ਗੱਲ ਤੱਕ ਪਹੁੰਚਣ ਤੋਂ ਪਹਿਲੇ ਸਿਰਫ ਹੱਥ ਹੀ ਹੁੰਦਾ ਹੈ। ਠੀਕ ਆ ਮੈਂ ਭਾਈ, ਠੀਕ ਆ ਜਾਨੀ ਬਾਦਸ਼ਾਹ। ਅੱਜ ਤਬੀਅਤ ਠੀਕ ਨੀ ਲੱਗ ਰਹੀ? ਤਬੀਅਤ ਠੀਕ ਆ ਵੀਰੇ, ਹਾਲਾਤ ਦਿਨ ਬ ਦਿਨ ਡਾਊਨ ਹੁੰਦੇ ਜਾਂਦੇ ਆ। ਸਾਡੇ ਨਾਲ ਵੀ ਜ਼ਿਆਦਾ ਜੀ, ਤੁਹਾਡੇ ਨਾਲ ਵੀ ਜ਼ਿਆਦਾ। ਤੁਸੀਂ ਤੇ ਵਿਹਲੇ, ਤੁਹਾਡਾ ਕੰਮ ਕੋਈ ਨੀ। ਲੇਕਿਨ ਮੈਂ ਬਾਹਰ ਵੀ ਤੇ ਕੋਈ ਕੰਮ ਕਰਨਾ, ਉਹ ਮੈਂ ਜਿਹੜਾ ਕੰਮ ਕਰਨਾ ਕਰਦਾ ਉਹਦਾ ਬੇੜਾ। ਓ ਹੋ ਹੋ ਹੋ, ਚਲੋ ਦੇ ਦਿਓ ਆਊਟ ਭਾਜੀ ਤੇ ਨਿਕਲੋ। ਕਿਉਂ ਜੀ? ਓਟ ਫਟਾਫਟ ਆਊਟ ਦਿਓ ਤੇ ਨਿਕਲੋ। ਸ਼ਾਬਾਸ਼, ਆਊਟ ਜਾ। ਇਹ ਕਿਹੜਾ ਹਕੀਮ ਆ ਤੂੰ? ਚਾਹ ਬਣਾ ਦੇ ਨਾਲ। ਇਹ ਪੱਤੀ ਕੌਣ ਸੀ ਰੱਖਣੀ ਹੈ? ਤੇਜ਼ ਰੱਖਣੀ ਹੈ, ਹਲਕੀ ਰੱਖਣੀ ਹੈ, ਬਰਾਬਰ ਰੱਖਣੀ ਹੈ, ਪਾਏਦਾਰ ਰੱਖਣੀ ਹੈ? ਲੋ ਬਾਜੀ, ਜਿੱਡੀ ਕਿ ਮੈਂ ਰੱਖਾਂਗਾ ਨਾ, ਇੰਨੀ ਕੁ ਰੱਖ ਦੇ। ਇਹਦਾ ਮਤਲਬ ਹੈ ਕਿ ਪਾਏਦਾਰ ਰੱਖਣੀ ਹੈ। ਭਾਜੀ ਤੁਸੀਂ ਹਕੀਮ ਹੋ, ਤੂੰ ਗੇਂਦ ਦੀ ਗੈਸ ਖਤਮ ਕਰਦਾ। ਕਿਹੜਾ ਹਕੀਮ ਆ ਤੂੰ? ਤੂੰ ਬੱਲੇ ਬੱਲਿਆਂ ਦੇ ਉੱਤੇ ਪੱਤੇ ਬੰਨਦਾ? ਮੈਂ ਕੱਲਾ ਹਕੀਮ ਨੀ, ਮੈਂ ਸਿਆਸਤਦਾਨ ਵੀ ਹੋ ਗਿਆ। ਉਹ ਬਸ ਕਰ ਦੇ, ਅੱਗੇ ਹੀ ਬਹੁਤ ਸਿਆਸਤਦਾਨ ਨੇ, ਹਕੀਮ ਬਣਿਆ ਕਰ। ਦੱਸ ਇਹ ਹਕੀਮ ਆ ਜੀ, ਕੋਈ ਬੰਦਾ ਫੌਤ ਹੋ ਜਾਏ ਤੇ ਉੱਥੇ ਮਈਏ ਤੇ ਖੜੋ ਕੇ ਕਰਦਾ? ਆਊਟ ਹੋ ਗਿਆ। ਆ ਚੈੱਕ ਕਰੀਓ, ਸ਼ੱਕਰ ਹੀ ਆ। ਚਲੋ ਇਹ ਕੋਈ ਹੋਰ ਹੀ ਸ਼ਾਇਦ ਆ। ਸ਼ੱਕਰ ਆ ਭਾਈ, ਪੱਚ ਗਿਆ ਮੈਂ, ਚੱਕਰ ਹੀ ਆ। ਹਕੀਮ ਵੈਸੇ ਇਹ ਟੋਪੀ ਤੇਰੇ ਗੈਟਅਪ ਦੇ ਮੁਤਾਬਕ ਨਹੀਂ। ਹਾਂ ਇਹਨੂੰ ਲਾ ਦੇ, ਕ੍ਰਿਕਟ ਵਾਲਾ ਹਕੀਮ ਪਹਿਲੀ ਵਾਰੀ ਵੇਖਿਆ। ਕ੍ਰਿਕਟ ਵਾਲਾ ਹੈਡ ਨੀ, ਕੋ ਬੋਏ ਆ। ਕੋ ਬੋਏ ਉਹ ਕੀ ਹੁੰਦਾ? ਇਹ ਜਿਹੜਾ ਘੋੜੇ ਤੋਂ ਡਿੱਗਦਾ ਨੀ ਹੁੰਦਾ ਜੀ, ਉਹ ਹੈ। ਅੱਛਾ, ਇਹ ਜਿਹੜਾ ਘੋੜੇ ਤੋਂ ਡਿੱਗੇ ਉਹ ਕੋਪ ਬੁਆਏ ਆ। ਹਾਂਜੀ, ਇਹ ਜਿਹੜਾ ਨਜ਼ਰਾਂ ਤੋਂ ਡਿੱਗ ਜਾਏ ਉਹ ਹਕੀਮ ਕੋਪ ਬੁਆਏ ਆ। ਯਾਨੀ ਖਾਂ, ਮੈਂ ਸਤਾਰਿਆਂ ਦਾ ਇਲਮ ਜਿਹੜਾ ਉਹ ਵੀ ਸਿੱਖ ਰਿਹਾ। ਓਏ ਤੂੰ ਜਿਹੜਾ ਸਾਲਿਆਂ ਦਾ ਇਲਮ ਤੇਰੇ ਤੇ ਉਹਨਾਂ ਨੇ ਕੀਤਾ, ਉਹਦਾ ਕੀ ਪਾਕ ਰਾਹ ਸਮਝ ਆਈ ਤੇ ਕੀ ਹੋਇਆ ਤੇ? ਆਹੋ ਤਾਂ ਉਹਦਾ ਪਾਕ ਰਾਹ ਸਹੀ ਕਹਿ ਰਹੇ ਜਾਨੀ ਪਾਸ਼ਾ, ਇੱਥੇ ਸਤਾਰਿਆਂ ਦੇ ਇਲਮ ਲੈ ਕੇ ਆ ਗਿਆ ਤੂੰ। ਮੇਰੇ ਕੋ ਯਾਰਾਂ ਦੇ ਟੋਟਲ ਆ ਤਬਕ। ਤੈਨੂੰ ਕਿਤੇ ਸੁਣ ਲੈ ਯਾਰ, ਵੈਸੇ ਇੱਕ ਗੱਲ ਆਪਾਂ ਨੂੰ ਬੜਾ ਫਾਇਦਾ ਹਕੀਮਾ, ਮਾਲਕ ਦਾ ਮਾਲਕ, ਸੱਸ ਦੀ ਸੱਸ, ਸਾਨੂੰ ਤਾਂ ਤਬੀਅਤ ਐਸੀ ਮਿਲੀ। ਓ ਯਾਰ, ਉਹਨੂੰ ਪਰੇਸ਼ਾਨੀ ਤੇ ਪੁੱਛੋ ਜਾਨੀ ਸਾਹਿਬ ਨੂੰ ਯਾਰ। ਹਲੋ, ਫਿਰ ਕਿਸੇ ਦਾ ਲੈਣਾ ਦੇਣਾ ਸਿਰ ਤੇ ਆ ਭਾਜੀ? ਕੰਮ ਜਿੰਨੇ ਕਿਤੇ ਬੇੜੇ ਗਰਕ ਹੋ ਗਏ ਆ,
ਪਤਾ ਨੀ ਮੈਂ ਜਿਸ ਕੰਮ ਨੂੰ ਹੱਥ ਪਾਉਣਾ ਨਾ ਉਹਨੂੰ ਕੰਮ ਪੈ ਜਾਂਦਾ, ਉਹ ਕੰਮ ਦਾ ਬੇੜਾ ਗਰਕ ਹੋ ਜਾਂਦਾ। ਮੈਨੂੰ ਭਾਈਵਾਲ ਨੀ ਸਹੀ ਮਿਲਦੇ, ਭਾਈਵਾਲ ਹੀ ਨਾ ਕਰਨਾ ਜ਼ਿੰਦਗੀ ਚ ਕਦੀ ਭਾਜੀ। ਭਾਈਵਾਲੀ ਰਾਸ ਨਹੀਂ, ਮੈਂ ਕੱਲੇ ਨੇ ਅੱਜ ਤੱਕ ਜਿਹੜਾ ਕੰਮ ਕੀਤਾ ਉਹਦਾ ਵੀ ਬੇੜਾ ਹੀ ਗਰਕ ਹੋਇਆ। ਫੁੱਫੜ ਵਾਲੀ ਕਰ ਲਿਆ? ਨਹੀਂ ਨਹੀਂ, ਕੰਮ ਕਿਹੜੇ ਕਿਹੜੇ ਕੀਤੇ ਜਾਨੀ ਸਾਹਿਬ? ਕੰਮ ਤੇ ਬੜੇ ਕੀਤੇ, ਆਖਰੀ ਜਿਹੜਾ ਨਾ ਪਾਣੀ ਵਾਲੀ ਮਸ਼ੀਨ ਲਾਈ ਸੀ। ਪਲਾਂਟ? ਪਲਾਂਟ ਨੀ ਲੱਗਦਾ ਡਾ, ਆ ਬੈਠਕ ਚ ਲਾ ਲੈਂਦੇ ਆ। ਫਿਲਟਰ? ਫਿਲਟਰ ਹਾਂ ਯਾਰ, ਚੰਗਾ ਭਲਾ ਬੰਦਾ ਹੁੰਦਾ ਮੇਰੇ ਨਾਲ ਭਾਈਵਾਲੀ ਕਰਦੇ ਹੀ ਉਹਦੀ ਜ਼ਿੰਦਗੀ ਚ ਮਸਾਇਲ ਸ਼ੁਰੂ ਹੋ ਜਾਂਦੇ। ਉਹਦੇ ਵਾਲਦ ਸਾਹਿਬ ਚੰਗੇ ਭਲੇ, ਉਹਦੇ ਵਾਲਦ ਸਾਹਿਬ ਦੇ ਨਾਲ ਮੇਰੀ ਡੀਲ ਹੋਈ ਆ। ਮੈਂ ਕਿਹਾ 50% ਪੈਸਾ ਮੇਰਾ ਕੰਮ ਇਹਨੇ ਕਰਨਾ। ਬੋਤਲਾਂ ਜਾਣ ਲੱਗ ਪਈਆਂ, ਅਸੀਂ ਚਿੰਗਚੀ ਰਕਸ਼ੇ ਲੈ ਲਏ, ਮਾਲ ਪੂਰਾ ਨੀ ਹੋ ਰਿਹਾ, ਗਰਮੀ ਆ। ਉਹਦੇ ਵਾਲਦ ਸਾਹਿਬ ਨੂੰ ਕੋਈ ਗੁਰਦਿਆਂ ਦਾ ਮਸਲਾ ਬਣਿਆ, ਉਹਦੇ ਵਿਚਾਰੇ ਦੇ ਉਹ ਜਿਹੜੇ ਡੈਲਸਨ ਮਡੇਲਾ ਹੋਣ ਲੱਗ ਪਏ। ਠੀਕ ਆ ਜੀ, ਉਹ ਹੁਣ ਵਿਚਾਰੇ ਉਹ ਪਹਿਲੇ ਤਾਂ ਜਿਹੜੇ ਪੈਸੇ ਸੀ ਜਿੰਨੇ ਵੱਟੀ ਜਾਂਦੇ ਉਹ ਲੱਗੀ ਜਾਂਦੇ ਸੀ, ਫਿਰ ਐਂਡ ਭਾਜੀ ਉਹ ਬਹੁਤੇ ਪੈਸੇ ਉਹਨਾਂ ਨੇ ਮੰਗੇ, ਫਿਰ ਮਸ਼ੀਨ ਵੀ ਵੇਖ ਕੇ ਉਹਨੇ। ਹੁਣ ਮੈਂ ਇਹੋ ਜਿਹੀ ਜਗ੍ਹਾ ਤੇ ਮੈਂ ਕੀ ਕਰਾਂ, ਇਨਸਾਨ ਆ, ਭਾਈਵਾਲ ਵੀ ਆ, ਹਫਤਾ ਸੀ ਰਲ ਕੇ ਵੀ ਖਾਧਾ ਵਾ ਇੱਕ ਸਿਰਫ। ਫਿਰ ਉਹਨੂੰ ਹੁਣ ਉਹਨੇ ਵਿਚਾਰੇ ਨੇ, ਮੈਂ ਹੁਣ ਕੀ ਕਹਾਂ ਵੀ ਤੂੰ ਨਾ ਵੇਚ ਮਸ਼ੀਨ ਮੇਰੇ ਪੈਸੇ ਦੇ, ਪਿਓ ਤੇਰਾ ਮਰਦਾ ਮਰੇ। ਮੈਂ ਕਿਹਾ ਨਹੀਂ ਯਾਰ, ਇਹਦੇ ਪਿਓ ਦੇ ਬਚਾਓ। ਫਿਰ ਇੱਕ ਇਨਸਾਨ ਆ, ਮਸ਼ੀਨ ਲਾ ਕੇ ਲਾਤੀ, ਹੁਣ ਸ਼ੁਕਰ ਅੱਲਾ ਦਾ ਅੱਜ ਉਹਦਾ ਚਲੀ ਸੀਗਾ, ਤੀਜਾ ਸੀ ਅੱਜ ਉਹਦਾ, ਪਰਸੋਂ ਦਾ ਮਰ ਗਿਆ ਉਹ, ਮਸ਼ੀਨ ਵੀ ਲੈ ਗਿਆ ਭਾਰਾਂ ਦੀ। ਮਸ਼ੀਨ ਦਾ ਵੀ ਅੱਜ ਚਲੀ ਸੋ ਸੀ ਜੀ? ਮਸ਼ੀਨ ਦਾ ਤੇ ਪਰਸੋਂ ਹੀ ਹੋ ਗਿਆ ਸੀ। ਹਾਏ ਹਾਏ ਹਾਏ। ਕੱਪੜੇ ਦਾ ਕੰਮ ਕੀਤਾ ਭਾਜੀ ਤੁਸੀਂ? ਕੱਪੜੇ ਦੇ ਨਾ ਜਿਹੜੇ ਡਿਜ਼ਾਈਨਦਾਰ ਹੁੰਦੇ ਨਾ ਫੁੱਲਾਂ ਦੇ, ਲੇਡੀਜ਼, ਉਹਨਾਂ ਚ ਕੱਚੇ ਰੰਗਾਂ ਦਾ ਕੱਪੜਾ ਹੁੰਦਾ, ਪੱਕੇ ਰੰਗਾਂ ਦਾ ਹੁੰਦਾ। ਆਹੋ ਹੁੰਦਾ। ਉਹ ਗੇੜੇ ਨਾਲ ਇੱਕ ਬੰਦੇ ਨੇ ਪੱਕੇ ਰੰਗਾਂ ਦਾ ਕਹਿ ਕੇ ਫੁੱਲ ਕੱਚੇ ਰੰਗਾਂ ਦਾ ਮੈਨੂੰ ਕੱਪੜਾ ਦੇ ਦਿੱਤਾ। ਮੈਂ ਕਹਿੰਦਾ ਜੀ ਪਸੰਦ ਕਰ ਲਓ ਡਿਜ਼ਾਇਨ, ਮੈਂ ਫੁੱਲਾਂ ਬੂਟੀਆਂ ਵਾਲੇ ਲਾਲ ਲਾਲ, ਮੈਂ ਕਹਿ ਕੁੜੀਆਂ ਚਿੜੀਆਂ ਖੁਸ਼ ਹੋ ਕੇ ਪਾਉਂਦੀਆਂ। ਆਹੋ ਆਹੋ। ਉਹ 15 ਦਿਨ ਨਹੀਂ ਵਿਕੇ, ਉਹ ਮੈਂ ਦੇਖਿਆ ਉਹਨਾਂ ਦੇ ਵਿੱਚੋਂ ਫੁੱਲ ਹੀ ਉੱਡ ਗਏ, ਉਹ ਚਿੱਟੇ ਚਿੱਟੇ ਜੇ ਹੋ ਗਏ, ਰੰਗ ਹੀ ਉੱਡ ਗਿਆ ਉਹਨਾਂ ਦਾ ਭਾਜੀ। ਆਹੋ ਇੰਨਾ ਕੱਚਾ ਰੰਗ, ਉਹ ਬੁੱਢੀ ਜੇ ਕੋਈ ਆਵੇ ਉਹ ਇੰਜ ਕਰਕੇ ਮਾੜਾ ਇੰਜ ਕਰੇ ਉਦੋਂ ਸਾਰਾ ਹੱਥ ਰੰਗਾਂ ਨੂੰ ਲੱਗ ਜਾਏ। 16 ਰੁਪਏ ਮੀਟਰ ਲਿਆ ਸੀ ਉਹ, 16 ਰੁਪਏ ਮੀਟਰ, 20,000 ਮੀਟਰ ਕੱਪੜਾ ਲਿਆ ਸੀ, 6 ਰੁਪਏ ਮੀਟਰ ਵੇਚਿਆ। ਤੁਸੀਂ ਗਲਤ ਕੀਤਾ। ਮੈਂ ਕਿਹਾ ਚਲੋ 10 ਰੁਪਏ ਘੱਟਦੇ ਹੀ ਪਏ ਆ, ਕੋਈ ਨੀ, ਖੈਰ ਕੋਈ ਨੀ, ਉਹਨੂੰ ਧੋ ਕੇ, ਮੈਂ ਕਿਹਾ ਨੁਕਸਾਨ ਹੋ ਜਾਣਾ ਉਹਨੂੰ, ਜਾਨੀ ਸਾਹਿਬ ਧੋ ਕੇ ਬਿਲਕੁਲ ਚਿੱਟਾ ਕਰਕੇ ਐਜ਼ ਏ ਕਫਨ ਵੇਚ ਦੇ। ਉਹ ਨਹੀਂ ਨਹੀਂ ਯਾਰ, ਉਹ ਕਫਨ ਵਾਲਾ ਵੀ ਨਹੀਂ ਸੀ ਯਾਰ, ਕਰਿਆਨੇ ਦਾ ਕੰਮ ਕੀਤਾ ਮੈਂ। ਤੁਸੀਂ? ਹਾਂਜੀ, 1.5 ਲੱਖ ਦੇ ਛੁਹਾਰੇ ਮੰਗਾਏ ਬਾਹਰੋਂ, ਉਹਨੂੰ ਚੂਹੇ ਪੈ ਗਏ, ਗਿਰੀ ਖੋਪਰਾ ਨੂੰ ਚੂਹੇ ਪੈ ਗਏ, ਚੂਹੇ ਟੁੱਕ 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 ਬਰਸਾ ਆਖ ਸੇ ਪਾਣੀ ਕਰਕੇ। ਨੰਗੇ ਨੀ ਹੁੰਦੇ, ਚੂਹੇ ਮਾਰ ਗੋਲੀਆਂ ਪਾਈਆਂ ਸੀ, ਲੇਕਿਨ ਉਹ ਚੂਹੇ ਜਿਹੜੇ ਵੱਡੇ, ਤੈਨੂੰ ਪਤਾ ਕਰਿਆਨੇ ਵਾਲੀਆਂ, ਉਹ ਗੋਲੀਆਂ ਨੂੰ ਤਾਂ ਸਮਝਦੇ ਹੀ ਕੁਛ ਨੀ। ਇਹ ਜਾਨੀ ਸਾਹਿਬ ਗੱਲ ਦੀ ਸਮਝ ਨੀ ਆਈ, ਤੁਸੀਂ ਫਸੇ ਸਾਡੇ ਕੋਲ ਰਹਿੰਦੇ ਆ, ਕੰਮ ਕਿਸ ਟਾਈਮ ਕੀਤਾ? ਕੰਮ ਯਾਰ ਮੈਂ ਭਾਈਵਾਲੀ ਕਰਨਾ, ਪੈਸੇ ਜੂ ਦੇ ਤੇ, ਉਸ ਤੋਂ ਬਾਅਦ ਬੰਦੇ ਆਉਂਦੇ ਦੱਸ ਦਿੰਦੇ ਭਾਜੀ ਨਿਬੜ ਗਿਆ ਸਾਰਾ ਕੁਛ, ਘਾਟਾ ਪੈ ਗਿਆ। ਮੈਂ 50,000 ਦੇਣਾ ਵਾ, 4,000 ਹੀ ਹਲੇ ਮੈਨੂੰ ਆਉਂਦਾ ਵਾ, ਬਾਕੀ ਮੈਨੂੰ ਕੋਈ ਉਸ ਤੋਂ ਬਾਅਦ ਖਬਰ ਆ ਜਾਂਦੀ ਪਈ। ਇੱਧਰ ਗੱਲ ਸੁਣੋ, ਮੁਨਾਫੇ ਦਾ ਸੌਦਾ ਚਾਹੁੰਦੇ ਹੋ?
ਪੈਸੇ ਆਉਣ ਘਰ ਯਾਰ ਹੁਣ ਨਹੀਂ ਅੱਗੇ ਮੈਂ ਲਈ ਆ ਵੱਡੀ ਲਾਚੀ ਲਈ ਸੀ 1.5 ਲੱਖ ਦੀ ਪਿੱਛੇ ਜੇ ਬਾਰਿਸ਼ ਨੀ ਪਈ ਉਹਦੇ ਚ ਸੁੰਡੀ ਪੈ ਗਈ ਛਾਪਰ ਲਾਚੀ ਦਾ ਲੈਣ ਏਦਾਂ ਹੁੰਦਾ ਲਾਚੀ ਦਾ ਕੰਮ ਲੜਦਾ ਕਿਉਂ ਵੀਰੇ ਮੈਂ ਗੱਲ ਕੀਤੀ ਗੱਲ ਇੱਕ ਬੰਦਾ ਅੱਗੇ ਹੀ ਦੁਖੀ ਆ ਨਹੀਂ ਤੇ ਫਿਰ ਸਾਰੇ ਕੰਮ ਜਿਹੜੇ ਆ ਇਹਦੀ ਵਜ੍ਹਾ ਤੋਂ ਹੋ ਹੀ ਜਾਂਦਾ ਇਹਦੀ ਵਜ੍ਹਾ ਤੋਂ ਟੈਨਸ਼ਨ ਆ ਯਾਰ ਮੈਨੂੰ ਤਾਂ ਮੈਨੂੰ ਕੋਈ ਆਰਜ਼ੀ ਦੇ ਮੈਂ ਪੀਣ ਲਈ ਪਾਣੀ ਵਾਲੇ ਕੰਮ ਦੀ ਹਾਏ ਹਾਏ ਅੱਲਾ ਪਾਈ ਤਰੱਕੀਆਂ ਦੇਵੇ ਤੁਹਾਨੂੰ ਹਾਂ ਜਾਨੀ ਖਾ ਮੂੰਹ ਖੋਲ ਸਾ ਜੀ ਐਸਾ ਮੀ ਨਾ ਇਹਨੇ ਕੋ ਪੈਸਾ ਦਿੱਤਾ ਹੁਣ ਤੱਕ ਮੈਂ ਤਾਂ ਕੋ ਦੁਕਾਨ ਵੇਲੀ ਕਰਾ ਲੈਣੀ ਸਾਰਾ ਕੁਝ ਇਹਦਾ ਮੈਂ ਬੇੜਾ ਗਰਕ ਕਰ ਦੇਣਾ ਤਾਂ ਮੈਂ ਫੱਟਾ ਚੁੱਕ ਕੇ ਬਾਹਰ ਛੱਡ ਦਿੰਦਾ ਓਹੋ ਇਹ ਮੂੰਹ ਨਹੀਂ ਖੋਲਣਾ ਹਾਂ ਆ ਉਹ ਵਾਲਾ ਮੂੰਹ ਅੱਛਾ ਮੈਂ ਕਹ ਰਿਹਾ ਉਹਦੇ ਮਤਲਬ ਕਹਿੰਦਾ ਮੂੰਹ ਖੋਲ ਲੋ ਉਹਨੇ ਵੈਸੇ ਕਿ ਗਲਾ ਗੁਲਾ ਚੈੱਕ ਕਰਨਾ ਹੋਣਾ ਮੂੰਹ ਖੋਲ ਰਜ ਸੁਣ ਮੇਰੀ ਲੈ ਯਾਰ ਇਹ ਕੈਸੀ ਗੱਲ ਜਾਨੀ ਖਾ ਫਿਰ ਇਹਦਾ ਮਤਲਬ ਆ ਹਾਲਾਤ ਤਾਂ ਫਿਰ ਤੇਰੇ ਆਪ ਹੀ ਖਰਾਬ ਹੋਣੇ ਜਦੋਂ ਤੂੰ ਸ਼ਾਮਾਂ ਚੋਂ ਪਹਿਲੇ ਅਣ ਬਾਬਾ ਗਾ ਹੋਣੀ ਛੁੱਟ ਦੇਣੀ ਆ ਯਾਰ ਹਕੀਮ ਅਸੀਂ ਜੋ ਇੱਥੇ ਮਸ਼ਵਰਿਆਂ ਦੀ ਦੁਕਾਨ ਪਾ ਕੇ ਬੈਠੇ ਆ ਇਹ ਕਿਤੇ ਨਵੇਸ਼ਤ ਕਰਨ ਤੋਂ ਪਹਿਲੇ ਕਿਸੇ ਸਿਆਣੇ ਨਾਲ ਮਸ਼ਵਰਾ ਕਰੇ ਹਾਂ ਅੱਲਾ ਕਾਲੇ ਭਰਾ ਭਰੂ ਹੁੰਦੇ ਆ ਜਾਂਦੇ ਆ ਕੰਮ ਦੱਸਦੇ ਆ ਸਾਰਾ ਹਿਸਾਬ ਇਦਾਂ ਹੀ ਆ ਗੱਲਾਂ ਮੰਡੀ ਚ ਕੀਤਾ ਮਾਸ਼ਾਅੱਲਾ ਸਾਰੇ ਕੀਤਾ ਮੈਂ ਨਹੀਂ ਕਰਦਾ ਮੈਂ ਤਾਂ ਕਰੇ ਸੁੱਤਾ ਰਹਿਣਾ ਭਾਈਵਾਲ ਕਰਦੇ ਨੇ ਕਿਉਂਕਿ ਪੈਸਾ ਮੇਰਾ ਹੁੰਦਾ ਵਾ ਮਿਹਨਤ ਉਹਨਾਂ ਨੇ ਕਰਨੀ ਹੁੰਦੀ ਇੰਜ ਹੀ ਹੁੰਦੀ ਆ ਦੋ ਪਹੀਆਂ ਨਾਲ ਗੱਡੀ ਚੱਲਦੀ ਆ ਇਹ ਆਪਣਾ ਅਚਾਰ ਵੇਚ ਕੇ ਵੇਖ ਲੈਣਾ ਸੀ ਅਚਾਰ ਦਾ ਵੀ ਕੰਮ ਕੀਤਾ ਸੀ ਫਿਰ ਬਸ ਉਹ ਸ਼੍ਰੀ ਜਿਹੜੇ ਆਲੇ ਦੁਆਲੇ ਵਾਲੇ ਜਿਹੜੇ ਹੁੰਦੇ ਆ ਹਾਂਜੀ ਹਾਂਜੀ ਇਹਨਾਂ ਕੋ ਵੇਖਿਆ ਨਹੀਂ ਜਾਂਦਾ ਉਹਨਾਂ ਨੇ ਬਰਬਾਦੀ ਫੇਰਤੀ ਕਹਿ ਕਹਿ ਕੇ ਕਿ ਚਾਰ ਨਹੀਂ ਸਹੀ ਚਾਰ ਨਹੀਂ ਸਹੀ ਨਜ਼ਰ ਆਈ ਵੀ ਜਾਂਦੇ ਸੀ ਹਰਾਮ ਉਹ ਤੇ ਲੋਕਾਂ ਉਹਦੇ ਚ ਕੀੜੇ ਵੀ ਪਾਈ ਜਾਂਦੇ ਸੀ ਚੱਲ ਦਫਾ ਮੈਂ ਛੱਡ ਭਰਾ ਜਾਨੀ ਸਾਹਿਬ ਰੁਪਈਆ ਤੁਸੀਂ ਦੇਣਾ 25,000 ਇਹ ਭਰਾ ਦੀ ਦੁਕਾਨ 24 ਘੰਟੇ ਤੁਹਾਡੀ ਆ ਪਾਰਟਨਰਸ਼ਿਪ ਤੇ ਕੰਮ ਕਰਾਂਗੇ ਮੇਰੀ ਅੱਗੇ ਵੀ ਯਾਨੀ ਪਾਰਟਨਰਸ਼ਿਪ ਤੇ ਕੰਮ ਕਰਕੇ ਤੈਨੂੰ ਮੈਂ ਕਿੰਨਾ ਕੁ ਨੁਕਸਾਨ ਦੇਣਾ ਮਹੀਨੇ ਦਾ ਮੈਨੂੰ ਪਹਿਲੇ ਦੱਸ ਦੇ ਮੈਂ ਤੇਰਾ ਹਿਸਾਬ ਲਾ ਨਹੀਂ 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 ਨੁਕਸਾਨ ਨਹੀਂ ਦੇਣਾ ਤੁਸੀਂ ਮੇਰੇ ਕੋ ਪਰ ਮੰਥ ਲੈਣਾ ਆ ਜਾ ਰਿਹਾ ਵਰਲਡ ਟੂਰ ਤੇ ਸ਼ੂਟ ਆਏ ਹੋਏ ਮੈਨੂੰ ਮਾਡਲਾਂ ਦੇ ਮੈਂ ਸ਼ੂਟ ਤੇ ਜਾਣਾ ਅੱਧੇ ਪੈਸੇ ਤੁਹਾਡੇ ਅੱਧੇ ਮੇਰੇ ਚੁੱਪ ਕਰਕੇ ਮੇਰੀ ਦੁਕਾਨ ਸਾਂਭ ਲਓ ਸ਼ੇਰਵਾਨੀਆਂ ਰੱਖਣ ਲੱਗਾ ਮੈਂ ਠੀਕ ਆ ਸ਼ੇਰਵਾਨੀਆਂ ਵੇਚਦੇ ਆ ਉਦੋਂ ਵੀ ਇੱਥੇ ਆ ਜਾਓ ਇੱਥੇ ਆ ਜਾਓ ਨਹੀਂ ਯਾਰ ਚੱਲ ਜਾ ਮੈਂ ਤੇਰਾ ਹੋ ਗਿਆ ਚਲੋ ਖੈਰ ਹੋ ਜਾਓ ਤੇਰਾ ਪੈਦਲ ਫਿਰ ਕੇ ਆਵਾਂ ਜਾਨੀ ਬਾਸ਼ਾ ਚਾਹ ਬਣ ਗਈ ਆ ਹੈ ਚਾਹ ਬਣ ਗਈ ਆ 1 ਮਿੰਟ ਚ ਆਇਆ ਸਿਰਫ ਮੈਂ 1 ਮਿੰਟ ਚ ਮੈਨੂੰ ਕੋ ਕੰਮ ਐਸਾ ਦਫੇ ਜਿਸ ਤੇ ਇੰਟਰਸਟ ਹੋਵੇ ਇੰਟਰਸਟਿੰਗ ਹੋਵੇ ਮੈਂ ਜਾਵਾਂ ਦੇਖਾਂ ਮੇਰਾ ਕਾਰੋਬਾਰ ਚੱਲ ਰਿਹਾ ਮੇਰਾ ਕਾਰੋਬਾਰ ਉੱਡ ਰਿਹਾ ਨਸ ਰਿਹਾ ਅਸਮਾਨਾਂ ਦੀਆਂ ਬੁਲੰਦੀਆਂ ਨੂੰ ਛੂ ਰਿਹਾ ਉਹ ਟੱਪਣ ਵਾਲਾ ਭੂਗਾ ਰੱਖ ਲਾ ਤੇ ਚਾਚੇ ਦੀ ਆਪਾਂ ਆਪਣੇ ਕੰਮਾਂ ਚ ਕੋਈ ਪੈਸੇ ਇਨਵੈਸਟ ਕਰਾਉਣੇ ਨੂੰ ਮਸ਼ਵਰਾ ਦਿੰਦੇ ਆ ਇਹਨੇ ਸਾਰੀ ਜ਼ਿੰਦਗੀ ਸਾਨੂੰ ਲੁੱਟਿਆ ਮੈਨੂੰ ਵੀ ਵਿੱਚ ਸ਼ਾਮਿਲ ਕਰੋ ਸਾਰੀ ਸ਼ਰਾਇਤ ਗੱਲ ਇਹ ਵੀ ਸਾਰੇ ਜਿੰਨੇ ਪੈਸੇ ਅਸੀਂ ਉਹਨੂੰ ਲੈਣੇ ਉਹਦੇ ਕੋਲੋਂ ਉਹਦਾ ਸਾਰਿਆਂ ਦੇ 4 ਹਿੱਸੇ ਹੋਣੇ ਤੇ ਕੋਈ ਬੰਦਾ ਬੋਲੇ ਨਾ ਵਿੱਚ ਠੀਕ ਹੈ ਨਾ ਕੋਈ ਦੱਸੇ ਠੀਕ ਹੈ ਚਾਚੇ ਖਾਨ ਮੇਰੀ ਗੱਲ ਸੁਣ ਮੈਂ ਇਹਨੂੰ ਕਹਾਂਗਾ ਕਿ ਇੱਥੇ ਆਪਾਂ ਨਾ ਵੱਡਾ ਹਿਕਮਤ ਦਾ ਹਸਪਤਾਲ ਪਾ ਲਈਏ
ਉਹਨੇ ਕਹਿਣਾ ਇਹਦਾ ਨੀ ਚੱਲਦਾ, ਮੇਰਾ ਕਿੱਥੋਂ ਚੱਲੂਗਾ? ਨਹੀਂ 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 ਨਹੀਂ, ਕੋਈ ਸਕੀਮ ਸੋਚੋ ਕਾਰੋਬਾਰੀ ਜਿਹੜੀ ਉਹਦੇ ਦਿਲ ਨੂੰ ਲੱਗੇ। ਮੁਰਗੀਆਂ ਦਾ ਫਾਰਮ ਬਣਾ ਦਿੰਦੇ ਮੁਰਗੀਆਂ ਦਾ। ਉਹ ਨਹੀਂ, ਉਹਨੇ ਨਵਾਂ ਕੰਮ ਕਰਨਾ। ਮੇਰੀ ਗੱਲ ਸੁਣ, ਲੋਕੀ ਚਿੜੀਆਂ ਆਜ਼ਾਦ ਕਰਦੇ ਆ ਨਾ, ਆਪਾਂ ਨੂੰ ਕਹਿਣਾ ਮੱਛਲੀਆਂ ਆਜ਼ਾਦ ਕਰਿਆ ਕਰਨ। ਲੋਕ ਮੱਛਲੀਆਂ ਫੜ ਕੇ ਆਜ਼ਾਦ ਕੀਤੀਆਂ। ਉਹ ਨਹੀਂ ਉਹ ਨਹੀਂ, ਜਿੱਦਾਂ ਉਹ ਬੋਲਦਾ ਨਾ ਚਾਚਾ, ਇੱਕ ਮਿੰਟ ਜਰਾ ਇਸ ਮਛੇਰੇ ਦੇ ਬੱਚੇ ਕੋਲ ਮੈਨੂੰ ਪੁੱਛ ਲੈਣ ਦੇ, ਮੱਛਲੀਆਂ ਕਦੋਂ ਕੈਦ ਹੁੰਦੀਆਂ? ਉਹ ਪਾਣੀ 'ਚ ਫਿਰਦੀਆਂ ਹੁੰਦੀਆਂ। ਯਾਰ ਉਹਨੂੰ ਕਹਿਣਾ ਦੀ ਗੱਲ ਕਰਦਾ ਯਾਰ, ਇਹ ਦੇਖ ਆ ਲੈ ਕੇ ਬਹਿਣਾ ਜਾਲ, ਜਾਲ ਚ ਚੁੱਕੀ ਆ, ਸਮੁੰਦਰ ਸੁੱਟ ਦੇਣੀ, ਆਜ਼ਾਦ ਹੋ ਗਈ ਕਿ ਨਹੀਂ? ਚੁੱਪ ਕਰ ਦਿਓ, ਹੁਣ ਮੇਰੀ ਗੱਲ ਸੁਣ। ਆਪਾਂ ਉਹਨੂੰ ਮਸ਼ਵਰਾ ਦਿੰਦੇ ਕਿ ਇੱਥੇ ਪਾਣੀ ਹੈ ਸੁਨਿਆਰਿਆਂ ਦੀ ਦੁਕਾਨ, ਰੁਪਈਆ ਉਹਦੇ ਕੋਲੋਂ 4-5 ਲੱਖ ਲੈਣੇ ਆ, ਇੱਥੇ ਨਕਲੀ ਹੈ ਇਹ ਵਾਰ ਰੱਖ ਰੁੱਕ ਕੇ ਬਹਿ ਜਾਂਦੇ। ਆ ਸਹੀ ਆ, ਲੇਕਿਨ ਉਹਦੇ ਮੂੰਹ ਦੇ ਨੂਰ ਦੇ ਹਿਸਾਬ ਨਾਲ ਜਿੱਡਾ ਅੰਦਰੋਂ ਮੁਨਾਫਕ ਹੈ ਉਹਨੇ ਗੱਲ ਸਹੀ ਕੀਤੀ। ਨਹੀਂ ਨਹੀਂ ਨਹੀਂ, ਹਕੀਮ ਬਾਦਸ਼ਾਹ ਪੋਲਟਰੀ ਫਾਰਮ ਬਣਾ ਕੇ ਦਿੰਦੇ ਆ, ਠੀਕ ਆ, ਉਹਦੇ ਵਿੱਚ ਚੂਚੇ ਨਿਕਲਣਗੇ, ਠੀਕ ਆ, ਉਹਨਾਂ ਨੇ ਵੇਚਾਂਗੇ, ਚੂਚੇ ਨਿਕਲਣਗੇ, ਕੁੱਕੜੀਆਂ ਬਣਾ ਕੇ ਉਹਨਾਂ ਚੋਂ ਆਂਡੇ ਲਵਾਂਗੇ, ਇਹ ਵਸੀਹ ਕਾਰੋਬਾਰ ਵੱਧ ਜਾਣਾ ਵਾ, ਆਪਣੇ ਨੂੰ 4 ਹਿੱਸੇ ਦੇ ਬਜਾਏ 10 ਗੁਣਾ ਪੈਸੇ ਮਿਲਣਗੇ। ਹੁਣ ਨਾਲੇ ਵੱਡੀ ਗੱਲ ਭਲਾ ਕੀ ਆ, ਸਾਡੇ ਘਰ ਜਦੋਂ ਕੋਈ ਪ੍ਰਾਹੁਣਾ ਪਰੂਣਾ ਆ ਗਿਆ, ਇਹਨੂੰ ਕੋਈ ਚੂਚਾ ਫੜਿਆ ਛੁਰੀ ਕਰਕੇ ਘਰ ਪਕਾਵਾਂਗੇ ਵੀ। ਯਾਰ ਚੁੱਪ ਕਰ ਜਾ, ਆਉਂਦੇ 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 ਮੈਨੂੰ ਲੱਗਦਾ ਆਉਂਦੇ, ਸੀਰੀਅਸ ਹੋ ਕੇ ਬੈਠੋ, ਸੀਰੀਅਸ ਹੋ ਕੇ। ਇੱਕ ਤਾਂ ਕਾਰੋਬਾਰ ਵੈਸੇ ਹੋਰ ਹੋ ਜਾਂਦਾ ਨਾ ਤਾਂ ਫੇਰ ਸੀ। ਹਾਂ ਯਾ ਚਾ ਏ ਆ ਜਾ, ਬਿਸਮਿਲ੍ਲਾ ਬਿਸਮਿਲ੍ਲਾ, ਦੁਕਾਨ ਤੇ ਪਿਆ ਕਰ, ਚੱਲ ਕੇ ਚੱਲ, ਕੰਦਮਾ ਚ ਬਹਿ ਬਾਜੀ ਦੇ ਪਵਾ। ਹੈ ਨਹੀਂ ਨਹੀਂ, ਚੱਲ ਜਾ ਪਰੇ ਹੋ ਜਾ। ਚਾਹ ਫੇਰ ਕਾਕਾ, ਭਾਜੀ ਦੀ ਵੀ ਤੇ ਮੇਰੀ ਵੀ ਆ ਗਈ ਆ ਗਈ ਆ ਗਈ। ਕਿਆ 2 ਮਿੰਟ ਰਹਿ ਗਏ? ਉਹ ਆ ਗਈ, ਮੈਂ ਲੈ ਕੇ ਜਾਨੀ ਭਾਜੀ ਨੂੰ ਚਾਹ 7 ਪਿੰਡ। ਆ ਜਾਨੀ ਭਾਜੀ, ਓਏ ਅੱਜ ਚਾਹ ਦੇ ਪੈਸੇ ਮੇਰੇ ਲਓ ਜਾਨੀ ਸਾਹਿਬ ਦੇ। ਅੱਛਾ ਜੀ, ਅੱਛੀਆਂ ਕਰੋ। ਦੇਖੋ ਤੁਸੀਂ ਬਾਹਰ ਵੀ ਤਾਂ ਇੰਨੇ ਕੰਮ ਕੀਤੇ, ਬਾਹਰੋਂ ਵੀ ਘਾਟੇ ਵਧੇ ਹੋਏ। ਮਾਰਕੀਟ ਦੇ ਬੰਦੇ ਕਹਿੰਦੇ ਆਪਣਾ ਮਾਰ ਕੇ ਸੁੱਟੂਗਾ ਤੇ ਛਾਵੇਂ ਸੁੱਟੂਗਾ, ਅਸੀਂ ਤੇਰੇ ਆਪਣੇ ਆ, ਜੇ ਤੇਰੇ ਹੱਕ ਚ ਕੋਈ ਅਸੀਂ ਕੰਮ ਕਰ ਲਈਏ, ਯਾਨੀ ਤੇਰੇ ਨਾਲ ਰਲ ਮਿਲ ਕੇ ਆਪਾਂ ਤੇ ਕੋਈ ਕੰਮ ਕਾਰ ਟੋਲ ਲਈਏ, ਤੇ ਕੀ ਖਿਆਲ ਹੈ ਤੇਰਾ? ਤੁਹਾਡਾ ਮੈਂ ਦੇਖ ਲਿਆ ਸਾਹਿਬ, ਤੁਹਾਡੇ ਕੋਲ ਆਪਣੇ ਨੀ ਤੁਰਨਦੇ, ਮੇਰੇ ਤੁਸੀਂ ਕੀ ਤੋਰਨੇ ਆ? ਮੇਰੀ ਗੱਲ ਤੇ ਕੋਈ ਹਾਂ ਨਾ ਕਰ, ਮੇਰਾ ਪੈਰ ਹਿੱਲਣੋਂ ਨਹੀਂ ਹਟਣ ਡਿਆ। ਓਏ ਮਾਈਕਲ ਹਕੀਮ ਬਹਿ ਜਾ, ਮਾਈਕਲ ਹਕੀਮ ਜੈਕਸਨ। ਨਹੀਂ ਨਹੀਂ, ਮੈਨੂੰ ਹਕੀਮ ਦੀ ਗੱਲ ਵੈਸੇ ਸਿਆਣੀ ਲੱਗੀ ਆ, ਹਾਂ ਇਨਵੈਸਟਮੈਂਟ ਕਰੋ। ਮੈਂ ਤਰਸ ਗਿਆ ਵਾਂ ਕਿ ਕੋਈ ਮੇਰੇ ਨਾਲ ਮੋਢਾ ਲਾਵੇ, ਯਕੀਨ ਕਰ। ਆ ਖੜੇ ਆ ਜੀ, ਆ ਖੜੇ, ਉੱਠੋ ਮੋਢਾ, ਅਸੀਂ ਲੱਤ ਲੋੜ ਮੋਢਾ ਨਹੀਂ, ਜਿਹੜਾ ਕੰਮ ਵਾਲਾ, ਹਾਂ ਲੱਖਾਂ ਕਰੋੜਾਂ ਅਰਬਾਂ ਰੁਪਿਆ ਮੈਂ ਕਮਾ ਲੂੰ, ਲੇਕਿਨ ਅੱਗੋਂ ਬੰਦੇ ਮੇਰੇ ਨਾਲ ਸਹੀ ਨਹੀਂ ਮੈਨੂੰ ਲੱਭਦੇ, ਇਮਾਨਦਾਰ ਨਹੀਂ ਲੱਭਦੇ। ਮੇਰੀ ਗੱਲ ਸੁਣ ਜਾਨੀ ਖਾ, ਪਤਾ ਕੀ, ਇੰਨੀ ਵਾਰੀ ਤੂੰ ਸਾਡੇ ਨਾਲ ਜੋ ਵੀ ਕੀਤਾ ਅਸੀਂ ਸਾਰਾ ਭੁੱਲ ਭੁਲਾ ਜਾਂਦੇ, ਇੱਕ ਵਾਰੀ ਸਾਡੇ ਕਹਿਣ ਦੇ ਉੱਤੇ ਸਾਡੇ ਤੇ ਇਤਬਾਰ ਕਰਕੇ ਵੇਖ। ਲੋ ਆ ਲੋ, ਕਿਉਂਕਿ ਨਾ ਹਕੀਮ ਵਰਗਾ ਮੁਖ ਨਾ ਸੁੱਚਾ ਸੱਚਾ ਬੰਦਾ ਨਾ ਮੇਰੇ ਵਰਗਾ ਤੈਨੂੰ ਲੱਭਣਾ ਕਿਥੋਂ। ਯਾਰ ਰੌਲਾ, ਮੈਨੂੰ ਤੁਹਾਡੀ ਇਮਾਨਦਾਰੀ ਤੇ ਸ਼ੱਕ ਨਹੀਂ, ਮੈਨੂੰ ਤੁਹਾਡੀ ਕਾਬਲੀਅਤ ਤੇ ਯਕੀਨ ਆ ਕਿ ਤੁਸੀਂ ਇਸ ਕਾਬਲ ਨਹੀਂ ਕਿ ਤੁਸੀਂ ਕੋਈ ਲੱਖਾਂ 2 ਲੱਖ 5 ਲੱਖ 10 ਲੱਖ ਦਾ ਕਾਰੋਬਾਰ ਕਰ ਲਓ, ਤੁਸੀਂ ਤੇ ਖੇਡਣ ਖੁੱਡ ਮੱਲਣ ਵਾਲੇ ਆ। ਖੇਡਣ ਤੁਹਾਡਾ ਮੈਂ ਕਰਨਾ ਕੀ ਆ? ਤੁਸੀਂ ਆ ਕੇ ਕਹਿਤਾ ਸਾਰਾ ਕੁਝ ਘਟ ਗਿਆ, ਮੈਂ ਤੁਹਾਡੇ ਕਰ ਲੈਣਾ? ਓ ਨਹੀਂ, ਪਾਗਲ ਹੋ ਗਿਆ, ਜਿਹੜਾ 2900 ਦੀਆਂ ਜਿਹੜੀਆਂ ਬੂਟੀਆਂ ਲਿਆ ਕੇ ਰੱਖ ਸਕਦਾ ਵਾ, ਉਹਨੂੰ ਕੀ ਕਹ, ਉਹਨੂੰ ਕਾਰੋਬਾਰ ਵੱਡਿਆਂ ਦਾ ਕੀ? ਇੰਨਾ ਵੇਖ ਇਨਵੈਸਟਮੈਂਟ ਲੱਖਾਂ ਕਰੋੜਾਂ ਦਾ ਮਾਲ ਲਾਇਆ ਪਿਆ ਪਿੱਛੇ ਕਿਤਾਬਾਂ ਅੱਗੇ ਦੇਵਾਂ ਅਸਾਂ ਤਾਂ ਇੱਥੇ, ਹੁਣ ਜਦੋਂ ਤੂੰ ਪੈਸੇ ਖਰਚਦੇ ਨੇ ਸਾਡੀ ਤਾਂ ਜ਼ਿੰਮੇਵਾਰੀ ਬਣ ਜਾਣੀ ਆ। ਨਾਲੇ ਨੁਕਸਾਨ ਹੋਵੇ ਨਾ ਤੁਹਾਡਾ 2-4 ਲੱਖ ਦਾ, ਆ ਮਿੱਠੇ ਦੀ ਦੁਕਾਨ ਪਈ ਆ ਭਾਵੇਂ ਸਾਰੀ ਫੂਕ ਦੀ। ਬਿਲਕੁਲ ਲਿਆ ਵੀ ਜਾਨੀ ਖਾ, ਗੱਲ ਪਤਾ ਕੀ, ਆਪਾਂ ਕਰਨੀ ਆ ਸੁਨਿਆਰਿਆਂ ਦਾ ਕੰਮ, ਮਿੱਠੇ
ਸੁਨਿਆਰਿਆਂ ਦਾ ਕੰਮ ਦੇਖ, ਬੁੱਢੀਆਂ ਜਿਹੜੀਆਂ ਹੁੰਦੀਆਂ ਨਾ ਔਰਤਾਂ, ਸੁਨਿਆਰਿਆਂ ਦਾ ਕੰਮ ਤੇ ਕਰ ਲੈਣੇ, ਆ ਸਿਆਣਿਆਂ ਦਾ ਕੰਮ ਨਹੀਂ ਜਿਹੜਾ ਤੂੰ ਕਰਦੇ, ਬਹਿ ਕੇ ਕਰ ਲੈਣੇ, ਸੁਨਿਆਰਿਆਂ ਦਾ ਕੰਮ ਨੀ ਕਰਨਾ ਹੋਏ ਮੈਨੂੰ, ਕੋਈ ਕੰਮ ਐਸਾ ਦੱਸੋ ਜਿਸ ਤੇ ਇੰਟਰਸਟ ਹੋਵੇ, ਇੰਟਰਸਟਿੰਗ ਹੋਵੇ, ਮੈਂ ਜਾਵਾਂ ਦੇਖਾਂ ਮੇਰਾ ਕਾਰੋਬਾਰ ਚੱਲ ਰਿਹਾ, ਮੇਰਾ ਕਾਰੋਬਾਰ ਉੱਡ ਰਿਹਾ, ਨੱਸ ਰਿਹਾ, ਅਸਮਾਨਾਂ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ, ਇਸ ਲਈ ਮੈਂ ਕਿਹਾ ਨਾ ਤੁਸੀਂ ਤੁਹਾਡੇ ਨਾਲ ਨੀ ਕਰਨਾ ਯਾਰ, ਜਾਨੀ ਖਾ ਕੰਮ ਉੱਡੇਗਾ ਟੁਰੇਗਾ ਸਾਰਾ ਕੁਛ, ਮੇਰੀ ਗੱਲ ਸੁਣ, ਗੱਡੀਆਂ ਦੇ ਟਾਇਰਾਂ ਦਾ ਕੰਮ ਕਰਵਾ ਲਈਏ ਫਿਰ ਸੀ, ਯਾਰ ਉਹਨੂੰ ਕੋਈ ਸਹੀ ਮਸ਼ਵਰਾ ਦਿਓ, ਪੈਸੇ ਇਨਵੈਸਟ ਕਰਨੇ, ਜਿਹੜਾ ਤੁਹਾਡਾ ਘਰ ਵਾ ਉਹਦੀ ਬੈਠਕ ਹੈ ਵੀ ਚੁੱਪ ਕਰਕੇ, ਤੁਸੀਂ ਇੱਕ ਪੇਟੀ ਸੇਬਾਂ ਦੀ ਲੈਣੀ ਆ, ਇੱਕ ਲੂੰਗਰ ਕੇਲਿਆਂ ਦਾ ਲੈਣਾ, ਠੀਕ ਹੈ, ਔਰ ਜੂਸਰ ਮਸ਼ੀਨ ਬਾਹਰ ਰੱਖ ਕੇ 150 ਰੁਪਏ ਦਾ ਜੂਸ ਦਾ ਗਲਾਸ ਵੇਚਣਾ, ਠੀਕ ਆ, ਲੇਕਿਨ ਮੈਨੂੰ ਇਹ ਦੱਸੋ ਹੁਣ ਆ ਦੇਖ ਲਓ, ਇਹਨੇ ਮੇਰੇ ਨਾਲ ਭਾਈ ਵਾਲੀ ਕਰਨੀ, ਇਹ ਤੇ ਮੇਰਾ ਕੰਮ ਆ, ਮੈਂ ਆਪੇ ਕਰ ਲੂੰਗਾ, ਮੈਨੂੰ ਤੇਰੇ ਗਾਹਕ ਨੀ ਚਾਹੀਦੇ, ਫੜ ਫੜ ਕੇ ਜਿਹੜੇ ਵਿਆਹ ਸ਼ਾਦੀਆਂ ਦੇ ਉੱਤੇ ਸਾਰਾ ਕੁਛ ਕਰਦੇ ਆ, ਸਾਊਂਡ ਲਾਉਂਦੇ, ਲਾਈਟਾਂ ਲਾਉਂਦੇ, ਕੁਰਸੀਆਂ ਲਾਉਂਦੇ, ਹਰ ਸ਼ੈ ਰੋਟੀ ਪਾਣੀ ਤੱਕ ਉਹ ਆਪਾਂ ਇੱਕ ਕੰਪਨੀ ਬਣਾਉਂਦੇ, ਪੁੱਛ ਲਓ ਵੈਸੇ ਗੱਲ ਤਾਂ ਠੀਕ ਆ, ਪੱਠਿਆਂ ਦਾ ਟਾਲ ਬਣਾ ਲਓ ਚੁੱਪ ਕਰਕੇ, ਠੀਕ ਆ, ਹਰ ਬੰਦੇ ਨੇ ਮੱਝ ਬੱਕਰੀ ਰੱਖੀ ਆ, ਉਹ ਤੁਸੀਂ ਪੱਠਿਆਂ ਦਾ ਟਾਲ ਪਾਓ, ਪੱਠੇ ਵੇਚਦੇ ਆ, ਨਾਲੇ ਸਹੀ ਗੱਲ ਆ, ਟਾਲ ਪਾ ਲਓ, ਨਾਲੇ ਇਹਦੇ ਘਰਦਿਆਂ ਦੇ ਸਰਜੂ, ਉਹ ਵੀ ਭੁੱਖੇ ਨਾ ਰਹਿਣ, ਪੈਸੇ ਖਰਚ ਕਰਨੇ ਤੁਹਾਡਾ ਕੰਮ, ਪ੍ਰੋਫਿਟ ਹੀ ਪ੍ਰੋਫਿਟ, ਆਪਾਂ ਲੈਣੇ ਆ ਚੂਚੇ, ਠੀਕ ਆ, ਚੂਚਿਆਂ ਦਾ ਪਾਨੇ ਪੋਲਟਰੀ ਫਾਰਮ, ਉਹ ਮੁਰਗੇ ਬਣਨਗੇ, ਆਂਡੇ ਦੇਣਗੇ ਮੁਰਗੀਆਂ, ਇਹ ਕੰਮ ਬਹੁਤ ਅੱਛਾ ਵਾ, ਲੇਕਿਨ ਡਿਊਟੀ ਕਿੰਨੀ ਆ, ਉਹਦੀਆਂ ਸਰਦੀਆਂ ਗਰਮੀਆਂ, ਉਹਨਾਂ ਦਾ ਧਿਆਨ ਰੱਖਣਾ, ਨਿੱਕੇ ਨਿੱਕੇ ਮਾਸੂਮ ਚੂਚੇ ਵੱਡੇ ਹੋਣ ਤੋਂ ਪਹਿਲੇ ਪਹਿਲੇ ਉਹਨਾਂ ਨੂੰ ਕੋਈ ਮਸਲਾ ਬਣ ਜਾਵੇ, ਤੁਹਾਡਾ ਕੀ ਕਰ ਲੈਣਾ ਮੈਂ, ਉਹ ਭਾਜੀ 2 ਘੰਟੇ ਕੀਮ ਡਿਊਟੀ ਦਊ, 2 ਘੰਟੇ ਪੋਲਟਰੀ ਫਾਰਮ ਤੇ ਚੂਚਿਆਂ ਤੇ, ਹਾਂਜੀ 2 ਘੰਟੇ ਕਾਲੂ, 2 ਘੰਟੇ ਚਾਚਾ ਤਾਜ, 2 ਘੰਟੇ ਮੈਂ, ਸਾਰੀ ਰਾਤ ਤੁਸੀਂ, ਸਹੀ ਨਹੀਂ, ਨਹੀਂ ਯਾਰ ਮਿੱਠੇ ਰੌਲਾ ਇਹ ਵਾ, ਉਹ ਗੱਲ ਸਹੀ ਕਰਦਾ, ਉੱਥੇ ਟਾਈਮ ਕਿੰਨੇ ਦੇਣਾ, ਨਾਲੇ ਤੁਸੀਂ ਕਹਿੰਦੇ ਵੀ ਕੁੱਕੜੀਆਂ ਕੋ ਅਸੀਂ ਚੂਚੇ ਲਵਾਂਗੇ, ਜੇ ਕੁੱਕੜੀਆਂ ਨਾ ਦਿੱਤੇ ਉਹ ਕਵੇ ਵੀ ਨਹੀਂ ਦਿੰਦੀ ਮੈਂ ਚੂਚਾ, ਫਿਰ ਨਹੀਂ ਨਹੀਂ ਚੂਚਾ ਲੈਦਾ ਮਿਲਦਾ ਵਾ, ਅੱਛਾ, ਹਾਂਜੀ 8-8 ਘੰਟੇ ਤੁਸੀਂ ਸਾਰੀ ਰਾਤ, ਮੈਂ ਤੇ ਮੇਰਾ ਦਿਲਬਰ ਚੂਚਾ, ਪਾਰਟਨਰਸ਼ਿਪ ਤੋਂ ਪਹਿਲੇ ਅਸੀਂ ਪੈਸੇ ਪਹਿਲੇ ਲੈਣੇ ਆ, ਬਾਅਦ ਤੁਸੀਂ ਕੁਝ ਨਹੀਂ ਲੈਣੇ, ਤੇਰਾ ਕੋਈ ਪਤਾ ਨਹੀਂ, ਤੂੰ ਪਹਿਲੇ ਵੀ ਸਾਡੇ ਨਾਲ ਗੇਮਾਂ ਕੀਤੀਆਂ, ਕਿਉਂ ਮਿੱਟ, ਓਏ ਓਏ ਤੂੰ ਪਤਾ ਕੀ ਕਰਨਾ ਮੈਂ ਤੇਰੇ ਨਾਲ ਕੰਮ ਕਿੱਦਾਂ ਕਰਨਾ, ਹਾਂਜੀ ਜਿਸ ਜਗ੍ਹਾ ਤੇ ਅਸੀਂ ਪੋਲਟਰੀ ਫਾਰਮ ਬਣਾਉਣਾ ਨਾ, ਜੇ ਖਾਲੀ ਜਗ੍ਹਾ ਵਾ, ਤੂੰ ਪਹਿਲੇ ਮਹੀਨਾ ਪੂਰਾ ਉੱਥੇ ਬਹਿ ਕੇ ਮੈਨੂੰ ਡਿਊਟੀ ਦੇ ਕੇ ਦਿਖਾਉਣੀ ਆ ਖਾਲੀ ਤੇ ਤੂੰ ਇੰਜ ਵੇਖਣਾ ਵਾ ਵੀ ਜਿਵੇਂ ਚੂਚੇ ਫਿਰਨ ਦੇ ਆ, ਯਾਨੀ ਕਿ ਮੈਂ ਪ੍ਰੈਕਟਿਸ ਕਰਕੇ ਮੈਂ ਦਨੀ ਇੱਕ ਮਹੀਨੇ ਬਾਅਦ ਮੈਂ ਦੇਖੂੰਗਾ ਵੀ ਕੱਲ ਰੋਜ਼ ਇੱਥੇ ਆ ਰਿਹਾ, ਐਵੇਂ ਉੱਠ ਕੇ ਇੰਜ ਇੰਜ ਵੀ ਕਰਨਾ ਖਾਲੀ ਜਗ੍ਹਾ ਤੇ, ਹਾਂਜੀ ਇੱਕ ਮਹੀਨੇ ਬਾਅਦ ਜੇ ਮੇਰੀ ਸਮਝ ਆਇਆ
ਛੁੱਟੀ ਕੋਈ ਨਾ ਕੀਤੀ, ਟਾਈਮ ਪੂਰਾ ਦਿੱਤਾ ਤੇ ਤੈਨੂੰ ਮੈਂ ਉਸੇ ਜਗ੍ਹਾ ਦੇ ਉੱਪਰ ਚੂਚੇ ਪਾ ਦਿਆਂਗਾ, ਤੇਰਾ ਖਾਬ ਸੱਚ ਹੋ ਜਾਏਗਾ। ਔਰ ਇਹਦੇ ਲਈ ਤੈਨੂੰ ਥੋੜੀ ਹੋਰ ਟ੍ਰੇਨਿੰਗ ਲੈਣੀ ਪਏਗੀ, ਚੂਚੇ ਅਸੀਂ ਤੇਰਾ ਸਾਫ ਸੁਥਰੇ ਰੱਖਣੇ, ਛੋਟੇ ਛੋਟੇ ਪੈਂਪਰ ਬਣਾ ਕੇ ਚੂਚਿਆਂ ਦੇ ਲਾਉਣੇ ਤੂੰ। ਇਹ ਨਾ ਹੋਵੇ 6 ਮਹੀਨੇ ਮੈਂ ਟ੍ਰੇਨਿੰਗ ਕਰਦਾ ਰਹਾਂ, ਚੂਚੇ ਤੁਪਾ ਕੇ ਨਾ ਦਵੇ, ਇਹਦਾ ਕੌਣ ਜ਼ਿੰਮੇਦਾਰ ਆ? 1 ਮਹੀਨੇ ਬਾਅਦ ਚੂਚਾ ਲੈ ਲਈ, ਛੁੱਟੀ ਕੋਈ ਨਾ ਹੋਵੇ। ਇਹ ਫਾਰਮ ਬਣਾਉਣਾ ਕਿੱਥੇ ਆ ਜੀ? ਜਗ੍ਹਾ ਜੁਗਾ ਕੋਈ ਦੇਖੀ ਆ? ਯਾਰ ਆ ਦੇਖ ਪਰਲੇ ਪਾਸੇ ਕਿਵੇਂ ਜਗ੍ਹਾ ਹੈ। ਕੰਮ ਬਹੁਤ ਸੋਹਣਾ ਵਾ ਇਹ, ਕਰਨ ਵਾਲਾ ਬੰਦਾ ਹੋਵੇ ਤੇ। ਇਹ ਜਾਨੀ ਸਾਹਿਬ ਮੰਡੀ ਦਾ ਕੰਮ ਹੋਗਾ, ਫਲ ਦਾ? ਫਲ ਦਾ ਮੰਡੀ ਦਾ? ਫਲ ਦਾ ਕਰ ਲਾਂਗਾ, ਮੰਡੀ ਦਾ ਨਹੀਂ ਮੇਰੇ ਕੋਲ। ਨਹੀਂ ਫਲ ਮੰਡੀ ਚੋਂ ਲੱਭਣਾ ਵਾ? ਆਹੋ ਲੈ ਆਇਓ ਇੱਥੇ ਰੇੜੀ ਤੇ ਰੱਖ ਕੇ ਮੰਡੀ ਜਾਇਓ। ਨਹੀਂ ਮੰਡੀ ਚੋਂ ਲੈ ਕੇ ਮੇਰਾ ਦੋਸਤ ਵਾ, ਉਹ ਪਲੀਆਂ ਲੈ ਕੇ ਦੇਗਾ, ਅਸੀਂ ਬੋਲੀ ਲਵਾ ਕੇ ਦੋਵੇਂ ਭਰਾ ਜਾਵਾਂਗੇ ਸਵੇਰੇ ਅਜਾਨ ਤੋਂ ਟਾਈਮ। ਯਾਰ ਇਹਨੂੰ ਰੋਕ ਯਾਰ, ਇਹਨੂੰ ਸਮਝ ਨਹੀਂ ਆ ਰਹੀ ਕੰਮ ਦੀ, ਮੈਂ ਨਹੀਂ ਜਾਣਾ। ਲਓ ਜੀ ਵਾ ਕੰਮ ਬੈਠਿਆਂ ਬਿਠਾ। ਅੱਛਾ ਜਾਨੀ ਖਾ, 4 ਬੈਂਡ ਬਰਾਸ ਬੈਂਡ ਬਣਾ ਲਈਏ। ਚਲੋ ਮਾਫੀ ਦੇ ਦੇ, ਆ ਗਏ ਆਪਣੀ ਤਾਈ ਤੇ। ਮਾਂ ਕਹਿਤੀ ਹੈ ਕੋਈ ਧੰਦਾ ਛੋਟਾ ਬੜਾ ਨਹੀਂ, ਉਹ ਤੇ ਮਿੱਠੇ ਕਾਂ ਰਾਜਾ ਬੜਾ ਹੀ ਹੁੰਦਾ ਹੈ। ਜਾਨੀ ਖਾ 4 ਬਰਾਸ ਬੈਂਡ ਬਣਾ ਹੋਈਏ, ਸੀਜ਼ਨ ਲੱਗਾ ਹੋਵੇ, ਯਕੀਨ ਕਰ ਤੇਰੇ ਕੋਲ ਪੈਸਾ ਨਾ ਮੁੱਕੇ। ਯਾਰ ਹੁਣ ਮੈਂ ਇੰਨਾ ਚੌਧਰੀ ਟੈਪ ਬੰਦਾ, ਹੁਣ ਮੈਂ ਬਰਾਸ ਬੈਂਡ ਬਣਾ? ਯਾਰ ਫਿੱਟੇ ਮੂੰਹ ਯਾਰ ਹਕੀਮਾ, ਨਹੀਂ ਦੇ ਮਾਲਕ ਨੇ ਕੋਈ ਚੱਜ ਦੀ ਜਗ੍ਹਾ ਤੇ ਪੈਸੇ ਲਵਾਓ ਉਹਨਾਂ ਦੇ। ਨਹੀਂ ਤੇ ਏਡਾ ਗੁੱਸਾ ਕਰਨਾ, ਫੌਜੀ ਬੈਂਡ ਬਣਾ ਲੈ। ਚੁੱਪ ਕਰਕੇ ਆਰਟੀਫਿਸ਼ੀਅਲ ਜਿਊਲਰੀ ਦਾ ਕੰਮ ਕਰ ਲਓ, ਹਫਤਾ ਬਾਜ਼ਾਰ, ਸੋਮਵਾਰ ਬਾਜ਼ਾਰ, ਮੰਗਲ ਬਾਜ਼ਾਰ, ਬੁੱਧ ਬਾਜ਼ਾਰ। ਮੈਂ ਕਾਹਤੋਂ ਕਰ ਲਵਾਂ? ਪਹਿਲੇ ਤਾਂ ਜਾਹਲੋ, ਤੁਹਾਨੂੰ ਇਹ ਨਹੀਂ ਸਮਝ ਆਉਂਦੇ ਹੀ, ਤੁਸੀਂ ਮੈਨੂੰ ਮਸ਼ਵਰੇ ਦੇ ਜਿੰਨੇ ਕਰ ਲਓ। ਇੱਕ ਪਾਸੇ ਤੁਸੀਂ ਕਹੀ ਜਿੰਨੇ ਭਾਈ ਵਾਲੀ ਨਾਲ ਪੈਸੇ ਕਢਾਉਣੇ, ਤੁਸੀਂ ਦਿਮਾਗ ਤੁਹਾਡਾ ਖਰਾਬ ਆ, ਤੁਹਾਡੇ ਤੇ ਮੈਂ ਇਨਵੈਸਟ ਕਰਨੀ ਹੈ, ਇਹ ਮੇਰੇ ਕੋਲ ਪੈਸੇ ਕਢਾਉਣੇ, ਤੁਸੀਂ ਮੈਂ ਆਪ ਹੀ ਕਰ ਲੂੰਗਾ, ਮੈਂ ਬੈਠਕ 'ਚ ਜੂਸ ਵੇਚਣਾ, ਮੈਂ ਆਪ ਹੀ ਵੇਚ ਲੂੰਗਾ। ਤੁਹਾਡਾ ਵੈਸੇ ਦਿਮਾਗ ਖਰਾਬ ਹੋ ਗਿਆ, ਤੁਹਾਨੂੰ ਸਮਝ ਨਹੀਂ ਲੱਗਣ ਦੇ। ਸੋਰੀ, ਮੈਨੂੰ ਪਤਾ ਨਹੀਂ ਸੀ ਪੈਸੇ ਤੁਸੀਂ ਇਨਵੈਸਟ ਕਰਨੇ। ਨਹੀਂ ਭਾਜੀ, ਮੇਰੀ ਗੱਲ ਸੁਣੋ ਯਾਰ, ਬਸ ਕਰ ਦਿਓ ਯਾਰ। ਭਾਬੀ ਜੀ ਜਹੇਜ਼ ਦਾ ਸਮਾਨ ਤੇ ਲੈ ਕੇ ਆਏ ਨੇ। ਯਾਰ ਤੇਰੇ ਹਰ ਕੰਮ 'ਚ ਭਾਬੀ ਜੀ ਦੇ ਜਹੇਜ਼ ਦਾ ਸਮਾਨ ਹੁੰਦਾ, ਜਿਨ੍ਹਾਂ ਨੇ ਦਿੱਤਾ ਹੁੰਦਾ ਉਹ ਤੇ ਭੁੱਲਦੇ ਹੀ ਨਹੀਂ, ਤੂੰ ਬਾਰ ਬਾਰ ਕਿਉਂ ਪੁੱਛੀ ਜਾਂਦਾ? ਨਹੀਂ ਉਹ ਮੈਂ ਤਾਂ ਗੱਲ ਕੀਤੀ ਵੀ ਆਪਾਂ ਕਾਰਪੋਰੇਸ਼ਨ ਪਾਲਣੇ ਆ, ਤੁਸੀਂ ਸਿਰਫ ਕਾਊਂਟਰ ਤੇ ਬਹਿਣਾ ਵਾ, ਕਿਸ਼ਤਾਂ ਮੈਂ ਲੈ ਕੇ ਆਵਾਂਗਾ, ਆਪਣੇ ਪੈਸੇ ਅੱਧੋ ਅੱਧੇ, ਸਹੀ ਨੀ? ਤੇ ਆ ਕਿੱਧਰ ਜਾਣ ਕੇ ਤਿੰਨੇ, ਇਹਨਾਂ ਨੂੰ ਪੁਰ ਕਰਾਓ, ਮਸ਼ਵਰਾ ਕੌਣ ਦੇਣ? ਨਹੀਂ ਨਹੀਂ ਨਹੀਂ, ਘਟੀਆ ਮਸ਼ਵਰਾ, ਮੈਂ ਟੀਮ ਵਰਕ ਨਾਲ ਚੱਲਣ ਵਾਲਾ ਬੰਦਾ। ਬਿਲਕੁਲ ਭਾਜੀ, ਮੇਰੇ ਕੋਲ ਇੱਕ ਮਸ਼ਵਰਾ ਹੈ, ਤੁਹਾਡੀ ਸ਼ਿਆਨੇ ਸ਼ਾਨ ਆ ਜਿਹੜੀ ਆਪਣੇ ਕੋਲ ਪਰੇ ਕਰ ਜਗ੍ਹਾ ਪਈ, ਇੱਥੇ ਇੱਕ ਤਮੀਰ ਕਰਦੇ ਆ ਹੋਟਲ ਕਮਰਿਆਂ ਵਾਲਾ, ਠੀਕ ਆ ਕਿ? ਨਹੀਂ 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 ਨਹੀਂ, ਉਹ ਵੀ ਰੋਲੇ ਹੁੰਦੇ ਆ ਕਮਰਿਆਂ 'ਚ, ਪਤਾ ਨਹੀਂ ਜ਼ਮੀਨ 'ਚ ਉਗਾਈਏ ਕੁਛ। ਹਾਂ ਜ਼ਮੀਨ ਚੋਂ ਗੰਦਮ, ਕਣਕ ਠੀਕ ਆ, ਵਾਢੀਆਂ ਕਰਿਆ ਕਰਾਂਗੇ। ਹਕੀਮ ਲੱਗ ਰਿਹਾ ਮੈਨੂੰ ਕੋਈ ਵੱਡੀ ਲੈਵਲ ਦੀ ਗੱਲ ਸੋਚ ਰਿਹਾ। ਉਹ ਚੁੱਪ ਕਰ ਗਿਆ ਜੀ, ਤੁਹਾਡੀਆਂ ਗੱਲਾਂ ਸੁਣ ਸੁਣ ਕੋਈ ਸੋਚ ਰਿਹਾ ਹੋ? ਮੈਂ ਸੋਚ ਰਿਹਾ ਵਾ ਹਕੀਮ, ਜ਼ਮੀਨ ਚੋਂ ਕੋਈ ਫਲ, ਕੋਈ ਅਨਵਰ ਡਟੋਲ ਉਗਾਈਏ, ਅਨਵਰ ਡਟੋਲ। ਨਹੀਂ ਅਸੀਂ ਅਸਲਮ ਡਟੋਲ ਉਗਾਉਂਦੇ। ਅਕਰਮ ਵੀ, ਅਕਰਮ ਡਟੋਲ, ਅਸ਼ਫਾਕ ਰਟੋਲ। ਨਹੀਂ ਨਹੀਂ ਨਹੀਂ, ਕਾਫੀ ਹੈ ਰਟੋਲ ਨਾ ਮਿਲਾ ਕੇ, ਰਟੋਲ ਅਸਲਮ, ਅਕਰਮ ਤੇ ਅਨਵਰ, ਇਹ 3 ਰਟੋਲ ਆਪਾਂ ਇੱਥੇ ਲਾ ਲਈਏ। ਹਾਂ, ਅਨਵਰ ਸਫਦਰ ਅਜਮਲ ਵੀ। ਹਾਂ, ਔਰ ਅਗਲੀ ਗੱਲ, ਲੰਗੜਿਆਂ ਜਿੰਨੇ ਉਹਨਾਂ ਨੂੰ ਪੋਲੀਓ ਦੇ ਟੀਕੇ ਲਾ ਕੇ ਉਹ ਵੀ ਆਪਾਂ ਵੇਚ ਸਕਦੇ, ਸਹੀ ਕਰਕੇ। ਹਾਂ, ਇੱਦਾਂ ਦਾ ਕੰਮ ਦੱਸੋ, ਸ਼ਾਰਟ ਕੱਟ ਬਸ, ਠੀਕ ਆ। ਦਾਗੀ ਅੰਬ ਚੱਕਦੇ ਆ ਮਾਰਕੀਟ 'ਚ, ਹਾਂ, ਉਹਨਾਂ ਦੇ ਉੱਤੇ ਕਰੀਮ ਲਾਨੇ, ਬੈਠਣੋ ਬੈਠ ਦੀ ਦਾਗ ਸਾਫ ਕਰਕੇ ਵੇਚਦੇ। ਓਏ ਕਰੀਮ ਨਹੀਂ ਲਾਈਦੀ, ਜਿਹੜੇ ਘੋੜਿਆਂ ਦੇ ਜ਼ਖਮਾਂ ਦਾ ਸਾਬਣ ਤੇਲ ਨਹੀਂ ਮਿਕਸ ਕਰਕੇ ਲਾਈਦਾ, ਤੁਸੀਂ ਉਹ ਲਾਉਣਾ ਵਾ ਦਾਗੀ ਅੰਬਾਂ ਤੇ, ਜ਼ਖਮ ਸੈੱਟ ਹੋ ਜਾਣਾ ਅੰਬ ਦਾ, ਪੈਸੇ ਪੈਸੇ ਆ। ਯਾਰ ਇਹ ਲੰਗੜਾ ਅੰਬ ਜਿਹੜਾ ਵਾ, ਇੱਕ ਇਹ ਉੱਗਦੇ ਕਿੱਦਾਂ, ਇਹਦਾ ਹਿਸਾਬ ਲਾ ਕੇ ਇਹਨੂੰ ਕੀ ਇਹਦੀਆਂ ਗਿਟਕਾਂ ਦੱਬੀ ਦੀਆਂ ਨੇ, ਇਹ ਆਪਾਂ ਮਾਲੀ ਰੱਖਾਂਗੇ ਕੋਈ।
ਇਹ ਲੰਗੜਾ ਅੰਬ ਜਿਹੜਾ ਨਾ ਇੰਜ ਕਰਕੇ ਉਹ ਨਹੀਂ ਪਹਿਲੇ ਵਿਸਾਖੀਆਂ ਬੀਜਦੇ ਆ ਫੇਰ ਲੰਗੜਾ ਅੰਬ ਉਗਦਾ ਵਾ ਇਹਦਾ ਨਾਂ ਲੰਗੜਾ ਅੰਬ ਕਿਹਾ ਪਾਗਲੋ ਜਦੋਂ ਬੀਜਦੇ ਆ ਨਾ ਲੰਗੜਾ ਅੰਬ ਜੋ ਨਿਕਲਦਾ ਵਾ ਜਿਹੜੀ ਸੈਰ ਦੀ ਲੱਤ ਮਰੀ ਹੁੰਦੀ ਉਹ ਥੱਲੇ ਇੱਟ ਦਿੰਦੇ ਆ ਨਹੀਂ ਨਹੀਂ ਇਹਦਾ ਨਾਮ ਲੰਗੜਾ ਅੰਬ ਕਿਉਂ ਪਾਇਆ ਭਾਜੀ ਲੰਗੜਾ ਅੰਬ ਉਹ ਇੰਜ ਹੁੰਦਾ ਥੋੜਾ ਜਿਹਾ ਲੰਗਾ ਕੇ ਲੰਗਾ ਜਿਹੜਾ ਲੰਗਾ ਕੇ ਤੁਰੇ ਉਹਨੂੰ ਕਹਿੰਦੇ ਲੰਗੜਾ ਹਾਂਜੀ ਉਹ ਯਾਨੀ ਲੰਗ ਇੱਕ ਸਾਈਡ ਨੂੰ ਲੰਗ ਇੰਜ ਮਾਰਦਾ ਅੱਛਾ ਦੇਖੋ ਇਹ ਆਪਣੀ ਖੁਸ਼ਬੂ ਦੀ ਵਜ੍ਹਾ ਤੋਂ ਇਹਦਾ ਨਾਮ ਪਿਆ ਜਿਹੜਾ ਇਹਦੇ ਬਾਗ ਦੇ ਲਾਗੋ ਲੰਘਦਾ ਸੀ ਇਹਦੇ ਚ ਹੋਰ ਵੀ ਹਿਕਮਤ ਆ ਇਹਨੂੰ ਪਛਾਣਨਾ ਹੋਵੇ ਨਾ ਤੇ ਜਦੋਂ ਪੇਟੀ ਲੰਗੜੇ ਅੰਬ ਦੀ ਖੋਲੋ ਨਾ ਨਾਲ ਛੋਟੀ ਜਿਹੀ ਵੀਲ ਚੇਅਰ ਪਈ ਹੋਵੇ ਤੇ ਸਮਝ ਲਓ ਇਹ ਲੰਗੜਾ ਅੰਬ ਯਾਰ ਸਭ ਝੂਠਾ ਹੁਣ ਤੁਹਾਨੂੰ ਸਹੀ ਗੱਲ ਦੱਸ ਦਵਾਂ ਬਾਗ ਦੇ ਵਿੱਚ ਜਿੱਥੇ ਇਹ ਅੰਬ ਲੱਗਾ ਸੀ ਨਾ ਇੱਕ ਬੰਦਾ ਫੜਿਆ ਇਹਨੂੰ ਚੂਪਣ ਵਾਸਤੇ ਉਹਨੂੰ ਵੇਖ ਕੇ ਲੰਗੜਾ ਹੋ ਗਿਆ ਅੰਬ ਨੂੰ ਛੱਡਤਾ ਉਹਨੇ ਕਹਿੰਦਾ ਇਹ ਤਾਂ ਪਹਿਲੇ ਲੰਗੜਾ ਇਹਨੂੰ ਮੈਂ ਕੀ ਚੂਪਣਾ ਸਿਨੇਮੇ ਵਾਲਾ ਕੰਮ ਨਿਕਲ ਗਿਆ ਘਰ ਘਰ ਪ੍ਰੋਜੈਕਟਰ ਲੱਗ ਗਏ ਮੋਬਾਈਲ ਤੁਹਾਡੇ ਹੱਥਾਂ ਦੇ ਵਿੱਚ ਆ ਸਿਨੇਮਾ ਕਿੰਨੇ ਵੇਖਣਾ ਹੁਣ ਲਓ ਜੀ ਵੱਡਾ ਮਸ਼ਵਰਾ ਦਵਾਂਗਾ ਕਰਨਾ ਜਾਂ ਨਾ ਕਰਨਾ ਬਾਹਰੋਂ ਕੁਛ ਲਿਆ ਕੇ ਵੇਚੀਏ ਹਾਂਜੀ ਬਾਹਰੋਂ ਕੁਛ ਚੀਜ਼ਾਂ ਲਿਆਉਂਦੇ ਆ ਬਾਹਰੋਂ ਜੈਤੂਨ ਬਾਹਰਲੀ ਦੂਸਰੇ ਮੁਲਕਾਂ ਚ ਬਰਫ਼ ਪੈਂਦੀ ਉਹ ਲਿਆ ਕੇ ਇੱਥੇ ਵੇਚੀ ਇੱਥੇ ਜਿਹੜੀ ਬਰਫ਼ ਉਹ ਲੋਕ ਜਿਹੜੇ ਕਹਿਣਗੇ ਬਾਹਰੋਂ ਬਰਫ਼ ਸਾਡੀ ਦੇਸੀ ਬਰਫ਼ ਆ ਬਲੈਤੀ ਇੱਥੇ ਦੀ ਬਰਫ਼ ਬਾਹਰ ਬਹੁਤ ਹੀ ਚੱਲਣੀ ਆ ਦੇਸੀ ਬਰਫ਼ ਆ ਪੱਕੀ ਆ ਲੇਕਿਨ ਕੰਮ ਚੱਲ ਪੈਣਾ ਮੇਰੀ ਤੇਰੀ ਭਰਜਾਈ ਦਾ ਜਹੇਜ਼ ਨਵੇਂ ਚ ਆਵੇ ਨਹੀਂ ਨਹੀਂ ਛੱਡਤਾ ਤੁਹਾਨੂੰ ਪਤਾ ਯੂਕੇ 24 ਘੰਟੇ ਬਾਰਿਸ਼ ਹੁੰਦੀ ਆ ਇੱਥੇ ਪਾਕਿਸਤਾਨ ਚ ਕਈ ਇਲਾਕੇ ਐਸੇ ਜਿੱਥੇ ਬਾਰਿਸ਼ ਨਹੀਂ ਹੁੰਦੀ ਉੱਥੋਂ ਬੱਦਲ ਲਵੋ ਯੂਕਿਓ ਭਾਈ ਵਾਲੀ ਤੇ ਲਵਾਂਗੇ ਮੁੰਡਾ ਦੋਸਤ ਆ ਕੰਟੇਨਰ ਚ ਪਾ ਕੇ ਲਿਆਊਗਾ ਕਸਟਮ ਵੀ ਘੱਟ ਪਊਗਾ ਇੱਥੇ ਬਦਲ ਛੱਡਾਂਗੇ ਉਹਨਾਂ ਇਲਾਕੇ ਚ ਬਾਰਿਸ਼ ਹੋਏਗੀ ਪੈਸੇ ਆਪ ਲਵਾਂਗੇ ਗੁੱਡ ਉਹਦਾ ਮਤਲਬ ਪਤਾ ਕੀ ਜਾਨੀ ਖਾ ਇੱਕ ਸਿਸਟਮ ਆਇਆ ਨਵੀਂ ਟੈਕਨੋਲੋਜੀ ਨਾਲ ਜਿਹੜਾ ਬਾਰਿਸ਼ ਆਟੋਮੈਟਿਕ ਜਿਹੜਾ ਨਾ ਉਹ ਪਾ ਦਿੰਦਾ ਬਗੈਰ ਮੌਸਮ ਤੋਂ ਉਹ ਇੱਥੇ ਅਸੀਂ ਗੈਸ ਲਿਆਈਏ ਉਹ ਜਿਹੜੀ ਐ ਛੱਡੀ ਦੀ ਆ ਤੇ ਬੱਦਲ ਐ ਕਰਕੇ ਚੱਲ ਪੈਂਦੇ ਉਹ ਆਪਣੇ ਬਣਾਈਏ ਇਹ ਵੀ ਗੱਲ ਇਹਦੀ ਕਿਤੇ ਨਾ ਕਿਤੇ ਗਲਤ ਆ ਚਲੋ ਭਈਆ ਜਾਓ ਦਫਾ ਹੋ ਜਾ ਚੁੱਪ ਕਰ ਜਾ 2 ਮਿੰਟ ਯਾਰ ਮੈਨੂੰ ਸੋਚਣ ਦਿਓ ਮੈਂ ਤੁਹਾਨੂੰ ਦੱਸ ਸੋਚੋ ਸੋਚੋ ਜੀ ਅਸੀਂ ਇੱਥੇ ਹੀ ਆ ਬੰਦੇ ਨੇ ਕਿਹਾ ਮੇਰੇ ਵਾਲ ਸਿੱਧੇ ਕਰਦੇ ਤੇ ਕੱਟ ਕੇ ਸਿੱਧੇ ਕਰਦੇ ਕਾਊਂਟਰ ਤੇ ਸੋਚ ਲਿਆ ਬਈ ਨਹੀਂ ਵੀ ਜਾਨੀ ਖਾਂ ਪਤਾ ਕੀ ਗੱਲ ਆ ਮੈਨੂੰ ਲੱਗਦਾ ਵਾ ਕਿ ਤੇਰਾ ਦਿਨ ਨਹੀਂ ਹੈਗਾ ਮੈਂ ਤਾਂ ਬੜਾ ਸਿੱਧੇ ਸਿੱਧੇ ਕੰਮ ਦੱਸੇ ਸੀ ਸਹੀ ਗੱਲ ਯਾਰ ਰੁਪਈਆ 15 ਲੱਖ ਰੁਪਈਆ ਮੈਨੂੰ ਦਿਓ ਸ਼ਹਿਰ ਹਰ ਜਿੰਨੇ ਸ਼ਹਿਰ ਨੇ ਉਹਨਾਂ ਦੇ ਲਾਰੀ ਅੱਡਿਆਂ ਚ ਪਾਨੇ ਆ ਬਾਥਰੂਮ ਬੱਜੀ ਰਕਮ ਸ਼ਾਮ ਨੂੰ ਤੁਹਾਡੇ ਹਵਾਲੇ ਹੋਊਗੀ ਸਹੀ ਗੱਲ ਅੱਛਾ ਕੰਮ ਇਸ ਤੋਂ ਅੱਗੇ ਕੁਛ ਨਹੀਂ ਹੋ ਸਕਦਾ ਹਰ ਬੰਦੇ ਦੀ ਰਕਮ ਬੱਜੀ ਨਹੀਂ ਹੋਣੀ ਕਈਆਂ ਦੀ ਲੂਜ਼ ਰਕਮ ਵੀ ਹੋਣੀ ਵਿੱਚ ਦੇਖੋ ਜੀ ਪੈਸੇ ਚਾਹੀਦੇ ਵਨ ਟਾਈਮ ਇਨਵੈਸਟਮੈਂਟ ਆ ਮੈਂ ਤੇ ਕਹਿੰਦਾ ਹਮਾਮ ਪਾ ਲਈਏ ਕੰਮ ਜਾਣਦਾ ਨਾਈਆਂ ਦਾ ਭਾਜੀ ਵੱਡੇ ਹਮਾਮ ਤੁਸੀਂ ਸਿਰਫ ਕੁਰਸੀ ਰੱਖ ਕੇ ਇੰਜ ਬਹਿ ਜਾਣਾ ਜਾਨੀ ਗਰਮ ਹਮਾਮ ਹਾਏ 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 ਇਹਦਾ ਹਮਾਮ ਸੀ ਜੀ ਅੱਛਾ ਇੱਕ ਬੰਦਾ ਆ ਕੇ ਕਹਿੰਦਾ ਚਿੱਟਿਆਂ ਵਾਲਾ ਨਹੀਂ ਕੁਛ ਹੈ ਕਹਿੰਦਾ ਜੀ ਦਿਲ ਚ ਇੱਜ਼ਤ ਆ ਯਾਰ
ਇਹ ਤਾਂ ਹੈ ਹਮਾਮ ਦਾ ਰੌਲਾ ਹੈ ਨਾ। ਹਮਾਮ ਜੇ ਪਾਉਣਾ ਫਿਰ ਇੱਥੇ ਨਹੀਂ, ਦੂਜੇ ਮੁਲਕਾਂ 'ਚ। ਇੱਥੇ ਉਹੀ ਹੈ 50 ਰੁਪਏ 100 ਰੁਪਇਆ, ਦੂਜੇ ਮੁਲਕ 'ਚ $5 ਸ਼ੇਵ ਦੇ। ਰੋਜ਼ ਮੇਰਾ ਕੰਮ ਮੇਰਾ ਰੋਜ਼ ਕਾ, ਫਿਰ ਟਾਈਮ ਲੈਣਾ ਪੈਂਦਾ ਪਹਿਲੇ। ਹਾਂਜੀ ਯਾਰ, ਜੇ ਬਾਹਰ ਦੇ ਮੁਲਕ ਹੀ ਕੰਮ ਕਰਨਾ, ਯੂਕੇ ਦੇ ਵਿੱਚ £3, £3, £4, £5 ਕਟਿੰਗ ਦੇ ਹੋਣ, £5 ਹੋਣ ਕਟਿੰਗ ਦੇ, ਤੇ 350 × 15 = 2000 ਕਿੰਨੇ ਬਣਦੇ ਆ? 1325 ਰੁਪਏ। ਹਾਂ ਇਹ ਬਣਦੇ ਆ ਸ਼ੇਵ ਦੇ। ਅੱਛਾ, £2 ਨੱਕ ਦੇ ਵਾਲਾਂ ਦੇ, ਹਾਂ ਉਹਨੇ ਵਿੱਚ ਫਕੀਰ ਦੇ ਪਾ ਲਾ ਮੇਰੇ, ਮੈਨੂੰ ਦੇ ਦੇ। ਕਿੰਨੇ ਬਚੇ ਆਪਾਂ ਨੂੰ ਪੂਰੇ ਮਹੀਨੇ 'ਚ? 17,931 ਰੁਪਏ ਪਾਉਂਡ। ਪਾਉਂਡ ਹਾਂਜੀ। ਨਾਲੇ ਜਾਨੀ ਸਾਹਿਬ ਡੀਲ 'ਚ ਲਾਇਓ, 4 ਟਿੰਡਾਂ ਨਾਲ 1 ਟਿੰਡ ਫ੍ਰੀ ਨਾ, ਕਟਿੰਗ ਸ਼ੇਵ ਕੇ ਸਾਥ ਬਗਲੇ ਫ੍ਰੀ। ਉੱਥੇ ਜਾ ਕੇ ਅਸੀਂ ਆਮੀਪੁਰ ਬਗਲਾਂ ਲਾਵਾਂਗੇ। ਹਾਂਜੀ, ਇਹ ਮੈਨੂੰ ਕੰਮ ਚੱਲਦਾ ਨਜ਼ਰ ਨਹੀਂ ਆ ਰਿਹਾ ਜੀ। ਇਹਨੂੰ ਇੱਕ ਬੰਦੇ ਮੈਨੂੰ ਤੂੰ ਬਚਦਾ ਨਜ਼ਰ ਨਹੀਂ ਆ ਰਿਹਾ। ਨਹੀਂ ਇਹ ਉੱਥੇ ਜਾ ਕੇ ਮੈਨੂੰ ਪਲੇ ਦੱਸੋ, ਇੱਥੇ ਸਾਡੇ ਪਾਕਿਸਤਾਨ 'ਚ ਲਿਖਿਆ ਜਾ, ਪਾਕਿਸਤਾਨ 'ਚ ਪੈਸੇ ਕਰੰਸੀ ਥੋੜੀ ਆ, 50 ਰੁਪਏ ਦੀ 100 ਰੁਪਏ ਦੀ ਸ਼ੇਵ ਕਰੇਗਾ ਕੀ ਕਰੇਗਾ, ਮਰ ਜਾਏਗਾ ਸਾਰੀ ਦਿਹਾੜੀ। ਉੱਥੇ ਉਹੀ ਸ਼ੇਵ ਤੂੰ ਉੱਥੇ ਕਰਨੀ ਆ, ਤੈਨੂੰ ਇੱਥੇ ਦਾ 5000 ਮਿਲਣਾ। ਜਾਨੀ ਸਾਹਿਬ ਬੰਦੇ ਨੇ ਇਹਨੂੰ ਕਿਹਾ ਮੇਰੀਆਂ ਬਗਲਾਂ ਲਾ ਦੇ, ਤੇ ਇੱਥੋਂ ਰੱਖ ਕੇ ਨਾ ਬਗਲਾਂ ਲਾ ਕੇ ਉਹਨੂੰ ਬਣਾ ਦਿੱਤੀਆਂ। ਸਿੱਧਾ ਹੋ ਕੇ ਬਹਿ ਜਾ ਕੀਮਾ, ਸਿੱਧਾ ਹੋ ਗਿਆ ਤਰਕ ਬਹਿਣ ਦਾ ਤਰੀਕਾ ਤੇਰਾ। ਇਹਨੇ ਜਾਨੀ ਸਾਹਿਬ ਨਾ ਹੀ ਸੀਗਾ, ਇੱਕ ਬੰਦੇ ਦੇ ਨੱਕ 'ਚੋਂ ਚਿੱਟੇ ਚਿੱਟੇ ਫੜ ਕੇ ਤੇ ਪਿੱਛੋਂ ਸ਼ੀਸ਼ਾ ਦਿਖਾਉਣ ਡਿਆ। ਲਓ ਜੀ ਤੁਸੀਂ ਕਰ ਲਓ ਕੰਮ, ਇਹਨਾਂ ਨੂੰ ਮਾਹੌਲ ਦੇ ਦਿੰਦੇ। ਇੱਕ ਬੰਦੇ ਨੇ ਕਿਹਾ ਮੇਰੇ ਵਾਲ ਸਿੱਧੇ ਕਰਦੇ ਤੇ ਕੱਟ ਕੇ ਸਿੱਧੇ ਕਰਦੇ ਕਾਊਂਟਰ ਤੇ, ਸਿੱਧੇ ਕਰਕੇ ਲਾ ਤੇ। ਇੰਗਲਿਸ਼ ਮੈਂ ਨਾਮ ਹੋਤਾ ਹੈ ਬਾਹਰ ਭਾਈ, ਜੇ ਕਰਨਾ ਕੰਮ ਤੇ ਮੈਂ ਇਨਵੈਸਟਮੈਂਟ ਕਰਨ ਲਈ ਤਿਆਰ ਹਾਂ, ਲੇਕਿਨ ਪਾਕਿਸਤਾਨ 'ਚ ਨਹੀਂ ਨਾਈਆਂ ਦਾ ਕੰਮ ਨਾ। ਯਾਰ ਗੱਡੀਆਂ ਦੇ ਪੁਰਾਣੇ ਇੰਜਣ ਆਪਾਂ ਸੈਕਿੰਡ ਹੈਂਡ 3-4 ਲੈ ਲਈਏ। 3-4 ਨਾਲੋਂ ਇੱਕ ਨਵਾਂ ਲੈ ਲਾ, 6 ਮਹੀਨੇ ਤੇਰੇ ਸਕੂਲ ਨਾਲ ਲੰਘ ਜਾਣਗੇ। ਜਾਨੀ ਬਾਸ਼ ਪਕਵਾਈ ਦਾ ਕੰਮ ਕਰਤਾ, ਪਕਵਾਈ ਓਹੋ ਪਕਵਾਈ ਆ, ਪਕਵਾਨ ਸੈਂਟਰ। ਇੱਕ ਕੁੜੀ ਇਹਦੀ ਮਸ਼ੂਕ ਬਣ ਗਈ, ਕਹਿੰਦੀ ਕੀ ਕੰਮ ਕਰਦਾ, ਕਹਿੰਦਾ ਹੇਅਰ ਡਿਟੈਕਸ਼ਨ। ਹੈ ਯਾਰ, ਇੱਕ ਬੰਦਾ ਵਾਲ ਕਟਾਉਣ ਆਇਆ, ਉਹਨੇ ਕਿਹਾ ਕੁਛ ਪਾ ਲਈ ਤੇ ਉਹਨੂੰ ਜੱਫੀ ਪਾਉਣ ਡਿਆ। ਇੱਕ ਬੰਦੇ ਦੀ ਸ਼ੇਪ ਕਰਨ ਡਿਆ ਜਿਹੜਾ ਇੱਥੋਂ ਇਸ ਤਰ੍ਹਾਂ ਉਸ ਤਰ੍ਹਾਂ ਮਾਰ ਕੇ ਸਾਫ਼ ਨਹੀਂ ਕਰਦੇ, ਜ਼ਬਾਨ ਨਾਲ ਕਰੀ ਜਾ ਰਹੇ। ਤਾਰਾ ਟੁੱਟਾ ਤੇ ਆਪਣੀ ਬੁੱਢੀ ਦੀ ਅਕਲ ਦੀ ਦੁਆ ਕਰਨ ਡੇ, ਉਹ ਤਾਰਾ ਫਿਰ ਜੁੜ ਗਿਆ, ਕਹਿੰਦੇ ਇਹਨੂੰ ਅਕਲ ਨੀ ਆਪਣੀ। ਆਪਣੀ ਮਸ਼ੂਕ ਨੂੰ ਫੋਨ ਕਰਕੇ ਕਹਿਣ ਡੇ ਆਪਣੇ ਪਾਪਾ ਨੂੰ, ਕਹਿ ਮੈਨੂੰ ਕਿਤੇ ਕੰਮ ਤੇ ਲਵਾ ਦੇ। ਬੜਾ ਬੇਵਕੂਫਾ, ਮੋਬਾਈਲ ਗੁਆਚ ਗਿਆ, ਸਿਮ ਜ਼ੁਬਾਨ ਥੱਲੇ ਰੱਖੀ ਹੋਈ ਤੇ ਮੂੰਹ ਨਾਲ ਵਾਜਾ ਦੇ ਰਿਹਾ ਵਾ, ਉਹ ਗੱਲ ਸੁਣ ਆਪਣੇ ਵੱਲ ਕਾਲ ਕਰਨ ਡਿਆ। ਭਾਈ ਹੁਣ ਹਮਾਮ ਬਾਹਰ ਦੇ ਮੁਲਕਾਂ 'ਚ ਪਾਣੇ ਆ, ਬਰਤਾਨੀਆ ਦੇ ਵਿੱਚ ਹਮਾਮ ਬਾਹਰ ਸੋਟੀ ਭਰੀ ਤੋਲੀਆਂ ਦੀ ਟੰਗੀ ਹੋਵੇ ਬਾਹਰ, ਨਹੀਂ ਉੱਥੇ ਤਾਂ ਨਹੀਂ ਹੁੰਦਾ। ਹਾਂ
ਸੋਟੀ ਭਰੀ ਤੌਲੀਆਂ ਦੀ ਸਵੇਰੇ ਸਵੇਰੇ ਯੂਕੇ ਦੇ ਵਿੱਚ ਯਾ ਹਾਂ ਕੁਵੈਤ ਹਾਂ ਦੁਨੀਆ ਦੀ ਸਭ ਤੋਂ ਮਹਿੰਗੀ ਕਰੰਸੀ ਕੁਵੈਤ ਦੀ ਕੁਵੈਤੀ ਦਿਨਾਰ ਬੜੀ ਹੋਸ਼ਿਆਰ ਇੱਕ ਬੰਦਾ ਸ਼ੇਵ ਕਰਾਉਣ ਆਇਆ ਕਹਿੰਦਾ ਭਾਈ ਫੋਮ ਤੇ ਲਾ ਲਾ ਤੇ ਉਹਨੂੰ ਮਿਸਤਰੀਆਂ ਵਾਲਾ ਫੋਮ ਇੱਥੇ ਲਾ ਦਿੱਤਾ ਯਾਰ ਵੈਸੇ ਕੁਵੈਤ 'ਚ ਹਮਾਮ ਪਾਇਆ ਹੋਵੇ ਤੁਹਾਡੇ ਕੋਲ ਸਾਰੇ ਮਿਸਤਰੀ ਨਹਾਉਣ ਆਉਣ ਤੇ ਉਹ ਬੜਾ ਵਾਧਾ ਹੋ ਜਾਣਾ ਵਾ ਨਹਾਈ ਜਿਹੜੀ ਹੈ 50 ਰੁਪਏ ਨਹਾਈ ਰੱਖੋ ਕੁਵੈਤ ਦੇ ਵਿੱਚ ਸ਼ੇਵ ਪਰ ਉੱਥੇ ਜਾ ਕੇ ਤੁਹਾਨੂੰ ਸਿੱਖਣਾ ਪੈਣਾ ਉਹਨਾਂ ਦਾ ਹਿਸਾਬ ਕਿਤਾਬ ਇੱਥੇ ਵਾਲੀਆਂ ਕਟੰਗਾਂ ਇੱਥੇ ਵਾਲੇ ਫੈਸ਼ਨ ਨਹੀਂ ਉੱਥੇ ਚੱਲਦੇ ਜੀ ਭਾਜੀ ਵੈਸੇ ਨਾ ਹਮਾਮ ਪਾਨੇ ਆ ਆਪਾਂ ਵੈਸਟ ਇੰਡੀਜ਼ 'ਚ ਉੱਥੇ ਹੁੰਦੇ ਸਾਰਿਆਂ ਦੇ ਕੁੰਡਲਾਂ ਵਾਲੇ ਵਾਲ ਜਿਹੋ ਜਿਹੇ ਮਰਜ਼ੀ ਕੱਟੀ ਜਾਵਾਂਗੇ ਯਾਰ ਹਮਾਮ ਪਾ ਲਿਆ ਇੱਕ ਬੰਦਾ ਕਹਿੰਦਾ ਮੇਰੀ ਕੌਲਾ ਕਟਿੰਗ ਕਰਦੇ ਉਹਨੂੰ ਕਹਿੰਦਾ ਕੌਲਾ ਲੈ ਕੇ ਆਇਆ ਹਮਾਮ ਪਾ ਲਿਆ ਤੇ ਇੱਕ ਬੰਦਾ ਉਹਨੇ ਮੂੰਹ ਸਾਫ ਕੀਤਾ ਤੌਲੀਏ ਨੇ ਤੇ ਉਹ ਤਿੰਬਰਾ ਚ ਲੱਗਾ ਕਹਿੰਦਾ ਭਾਜੀ ਮੈਂ ਓਜਰੀ ਦੇ ਦਿੱਤੀ ਇੱਕ ਬੰਦਾ ਕਹਿੰਦਾ ਮੇਰੀ ਫੌਜੀ ਕਟਿੰਗ ਕਰਦੇ ਕਹਿੰਦਾ ਯੈਸ ਸਰ ਦੁਕਾਨ ਖੋਲਣੇ ਨੇ ਕਿਤੇ ਬਾਹਰ ਹਾਲ ਨੇ ਆਪਣੇ ਦੁਖੀ ਮਰੀਜ਼ੋ ਕੋ ਹੰਸਾਨੇ ਕੇ ਲਈ ਹਮਸੇ ਰਾਬਤਾ ਕਰੇ ਜਾਨੀ ਖਾਂ ਹੁਣ ਕੰਮ ਨਹੀਂ ਲੱਭਦਾ ਇਹੋ ਜਿਹੇ ਕੰਮ ਹੀ ਫਿਰ ਹੁੰਦੇ ਜਾਂ ਫਿਰ ਉੱਥੋਂ ਕੋਇਲਾ ਲਿਆ ਕੇ ਨਾ ਕੋਇਲਾ ਉਹ ਇੱਥੇ ਇਕੱਠਾ ਕਰਕੇ ਉਹਦੀ ਕਾਨ ਬਣਾ ਕੋਇਲਾ ਲਿਆ ਕੇ ਇੱਥੇ ਵੱਡੀ ਸਕਰੀਨ ਤੇ ਵੇਖਦੇ ਆ ਦੇਖਾ ਤੁਝੇ ਤੋ ਉਹ ਓਏ ਮੈਂ ਦੂਸਰਾ ਕੋਇਲੇ ਦੀ ਗੱਲ ਕਰਨਾ ਕੋਇਲਾ ਬਿਜਲੀ ਬਣਾਓ ਵੱਡੇ ਕੰਮ ਕਰੋ ਯਾਰ ਮੇਰੀ ਸੁਣੋ ਗੱਲ ਲੋਕਾਂ ਦੇ ਨਲਕੇ ਨਹੀਂ ਹੁੰਦੇ ਜਿਹ ਚ ਲੋਕ ਨਿਕਲਦੀ ਸੜਕ ਉਹ ਲਾਓ ਯਾਰ ਵੇਖੋ ਇੰਟਰਟੇਨਮੈਂਟ ਦੀ ਇੰਟਰਟੇਨਮੈਂਟ ਹੋਊਗੀ ਕਾਰੋਬਾਰ ਦਾ ਕਾਰੋਬਾਰ ਹੋਊਗਾ 100 ਕਰੋੜ ਸੁਣਿਆ 100 ਕਰੋੜ ਇੰਨੇ ਰੁਪਈਏ ਵੀ ਆ ਸਕਦੇ ਆ ਕਿੱਦਾਂ ਆਪਾਂ ਬਣਾਉਂਦੇ ਆ ਇੱਕ ਫਿਲਮ ਹਾਂ ਲਓ ਹੀਰੋ ਹੀਰੋ ਤੁਹਾਡੇ ਕੋਲ ਮੌਜੂਦ ਆ ਬਸ ਹਲਕਾ ਇੱਕ ਜਗ੍ਹਾ ਤੇ ਨੌਕਰੀ ਲੈਣ ਗਿਆ ਜੀ ਅਫਸਰ ਨੇ ਇੱਕ ਬੰਦੇ ਕੋ ਪੁੱਛਿਆ ਤੇਰਾ ਸਟਾਰ ਕੀ ਉਹ ਕਹਿੰਦਾ ਕੈਂਸਰ ਉਹਨੇ ਇਹਨੂੰ ਪੁੱਛਿਆ ਕਹਿੰਦਾ ਪੈਂਡਸ ਓਏ ਕੀਮਾ ਕਾਲੀ ਜਵਾਨ ਵਾਲਿਆ ਚੁਗਲ ਕਰਨ ਦੇ ਆ ਕੀ ਹੋ ਗਿਆ ਯਾਰ ਇੰਟਰਵਿਊ ਵਾਲੇ ਨੇ ਸਿਰਫ ਇਹੀ ਪੁੱਛਿਆ ਕਿ ਤੂੰ ਕਿਹਦਾ ਮੁੰਡਾ ਵਾ ਤੇ ਬਾਹਰ ਨਿਕਲ ਕੇ ਕਹਿੰਦੇ ਆ ਇੰਨਾ ਔਖਾ ਇੰਟਰਵਿਊ ਇਹਨੂੰ ਰੱਬ ਨੇ ਜੁੜਵਾ ਪੁੱਤਰ ਦੇ ਦਿੱਤੇ ਤੇ ਬੁੱਢੀ ਕੁੱਟੀ ਜਾਣ ਦਿਆ ਕਹਿੰਦਾ ਇੱਕ ਤਾਂ ਮੇਰਾ ਦੂਸਰਾ ਕਿ ਨਹੀਂ ਮੁਬਾਰਕ ਹੋਵੇ ਆਪਕੇ ਘਰ ਜੁੜਵਾ ਬੇਟੇ ਹੋਏ ਤੇ ਕਹਿੰਦਾ ਲਓ ਸਵੇਰੇ ਲਹਿਦਾ ਲਹਿਦਾ ਕਰਾਉਣੇ ਪੈਣੇ ਇਹਦੇ ਘਰ ਜੁੜਵਾ ਪੁੱਤਰ ਹੋਏ ਕਿਸੇ ਨੇ ਪੁੱਛਿਆ ਕੀ ਹੋਇਆ ਕਹਿੰਦਾ ਮੋਨੋ ਸਟੀਰੀਓ ਹੋਇਆ ਕਹਿੰਦਾ ਜੁੜਵਾ ਪੁੱਤਰ ਹੋਏ ਉਹਨੇ ਕਿਹਾ ਭਾਈ ਮੈਂ ਇਕੱਲੇ ਇਕੱਲੇ ਲੈਣੇ ਆ ਨਰਸ ਨੇ ਆ ਕੇ ਕਿਹਾ ਤੇਰੇ ਘਰ 2 ਪੁੱਤਰ ਹੋਏ ਕਹਿੰਦਾ ਨੀ ਜੀ ਮੇਰਾ ਇਮਾਨਦਾਰੀ ਆ ਜਿਹੜੀ ਗੱਲ ਸਿੱਧੀ ਬਣਦੀ ਉਹੀ ਕਰਨੀ ਚਾਹੀਦੀ ਇੱਕ ਮੇਰਾ ਵਾ ਬਾਕੀ ਦੇ ਲੋ ਕੀ ਦਾ ਮੇਰਾ ਇੱਕ ਹੀ ਮੈਂ ਝੂਠ ਬੋਲ ਗਿਆ ਵੀ 2 ਲੈ ਜਾਵਾਂ ਕੱਲ ਨੂੰ ਮੈਂ ਫੜਿਆ ਜਾਵਾਂ ਫਾਇਦਾ ਕੋਈ ਨੀ ਨਰਸ ਨੇ ਕਿਹਾ ਤੁਹਾਡੇ ਘਰ ਜੁੜਵਾ ਬੱਚੇ ਹੋਏ ਕਹਿੰਦਾ ਚਲੋ ਮੈਂ ਫਿਰ ਗੈਸ ਬੱਤੀ ਵਾਲਾ ਲੈ ਆਵਾਂ ਉਹਨਾਂ ਨੇ ਕਿਹਾ ਬਈ ਜੁੜਵਾ ਬੱਚੇ ਹੋਏ ਆ ਤੇ ਐ ਕਰਕੇ ਯਾਰੀ ਬਲੇਡ ਕੱਢ ਕੇ ਕਹਿੰਦਾ ਲਓ 2 ਕਰ ਦੋ ਚੱਲ ਖਾਂ ਜੇ ਗੁੱਸਾ ਨਹੀਂ ਕਰੀਦਾ ਹੁੰਦਾ ਯਾਰ ਅਸੀਂ ਇੱਕ ਦੁਕਾਨ ਬਣਾਈਏ ਹਾਂ ਉੱਥੇ ਲਿਖਿਆ ਹੋਵੇ ਬਾਹਰ ਕਿ ਹੰਸਨੇ ਕੇ ਲੀਏ ਤਸ਼ਰੀਫ ਲਾਏ ਗਮੋ ਕੋ ਭੂਲ ਜਾਏ ਜੁਗਤੇ ਸੁਣਨੇ ਕੇ ਲੀਏ ਤਸ਼ਰੀਫ ਲਾਏ ਇਹ 500 ਰੁਪਿਆ ਮਿੰਟ ਦਾ ਜੁਗਤਾਂ
5000 ਰੁਪਿਆ ਘੰਟਾ ਬਿਲਕੁਲ ਹਾਂ ਤੁਸੀਂ ਤਿਆਰ ਕੀ ਹੋਈ 5000 ਰੁਪਿਆ ਘੰਟਾ ਜੁਗਤਾਂ ਸੁਣੋ ਘਰ ਮੇ ਜੁਗਤੇ ਮਰਵਾਨੇ ਕੀ ਸਹੂਲਤ ਮੌਜੂਦ ਹੈ ਹਾਂ ਘਰ ਜਾ ਕੇ ਯਾਰ ਫਰੀਦ ਕਿੱਥੇ ਗਿਆ ਫਰੀਦ ਜੀ ਉਹ ਸ਼ੇਖ ਸਾਹਿਬ ਵੱਲ ਗਿਆ ਉਹਨਾਂ ਦੀ ਦਾਦੀ ਨੂੰ ਸੌਣ ਹਾਂ ਕੰਮ ਤੇ ਗਿਆ ਹਨਾ ਹਾਂ ਇੱਦਾਂ ਦੀ ਦੁਕਾਨ ਹੋਵੇ ਕੋਈ ਨਹੀਂ ਹੈਗੀ ਦੁਕਾਨ ਇੱਦਾਂ ਦੀ ਦੋ ਪੱਕੀਆਂ ਜੁਗਤੋਂ ਕੇ ਸਾਥ ਇੱਕ ਫਿੱਕੀ ਜੁਗਤ ਹਾਂ ਹਾਂ ਸ਼ੁਗਲ ਦੀ ਦੁਕਾਨ ਬਣਾਈ ਹੋਵੇ ਸ਼ੁਗਲ ਦੀ ਦੁਕਾਨ ਹੋਵੇ ਸ਼ੁਗਲ ਦੀ ਮਹਿਕਮਾ ਸ਼ੁਗਲੀਆਤ ਹਾਂ ਐਸਾ ਤਾਂ ਉਹਦੀਆਂ ਬ੍ਰਾਂਚਾਂ ਵਧਾਓ ਹਾਂ ਓ ਸਹੀ ਗੱਲ ਬਸ ਇਹ ਕੰਮ ਮੇਰੇ ਤੇ ਪਸੰਦ ਆ ਗਿਆ ਤੁਸੀਂ ਕੀ ਕਹਿੰਦੇ ਹਕੀਮ ਜੀ ਮੈਨੂੰ ਵੀ ਬੜਾ ਚੰਗਾ ਲੱਗਿਆ ਲੇਕਿਨ ਪਤਾ ਕੀ ਗੱਲ ਆ ਏਦਾਂ ਸਾਨੂੰ ਲੋਕਾਂ ਨੇ ਨਾ ਐਵੇਂ ਹੀ ਲੈ ਲੈਣਾ ਵੀ ਇਹ ਐਵੇਂ ਫਰਤੂ ਤੁਤੂ ਆ ਏਦਾਂ ਹੀ ਨਹੀਂ ਨਹੀਂ ਪੈਸੇ 5000 ਰੁਪਇਆ ਗਿਆ ਆ 5000 ਘੰਟੇ ਦਾ ਹਾਂ ਹਾਂ 5000 ਇੱਕ ਘੰਟਾ ਵੀ ਤੂੰ ਲਾਵੇਂ ਤੇ 5000 ਲੈ ਕੇ ਘਰ ਹਾਂ ਹਾਂ 3-4 ਘੰਟੇ ਕੰਮ ਕਰਾਂਗੇ 20-20000 ਹਾਂ ਇਹ ਦਿਹਾੜੀ ਵਾਲਾ ਕੰਮ ਆ ਭਾਜੀ ਇਹ ਲਵਾਓ ਚਲੋ ਜੀ ਇਹ ਦੁਕਾਨ ਪਾ ਲੈਣੇ ਆ ਹਾਂ ਇੱਥੇ ਕਿਤੇ ਪਾ ਲੈਣੇ ਆ ਲਓ ਬਾਜੀ ਇਹ ਸਾਡੇ 'ਚ ਫਸਣਾ ਇਹਨਾਂ ਨੇ ਮੈਨੂੰ ਦੇ ਨਾ ਤੁਸੀਂ 2,00,000 ਮੈਂ ਉਧਰ ਰੰਗ ਰੁੰਗ ਕਰਾ ਕੇ ਐ ਨਹੀਂ ਨਹੀਂ ਰੰਗ ਹੋਇਆ ਵਾ ਬਸ ਉੱਤੇ ਆਪ ਲਿਖ ਲੈਨੇ ਕਾਲੀ ਮਾਰ ਕਰਨਾ ਨਹੀਂ ਨਹੀਂ ਬੰਦਿਆਂ ਨੂੰ ਬਿਠਾਣਾ ਕੁਰਸੀਆਂ ਲਾਣੀਆਂ ਹਾਂ ਦਿਓ ਜੀ ਪੈਸੇ ਪੈਸੇ ਦਿਓ ਦਿਓ ਜੀ ਦਿਓ ਲਓ ਜੀ ਬਿਸਮਿਲਾ ਦਿਓ ਇਹ ਠੀਕ ਹੈ ਕਰਾਲ ਕੀ ਕਰਾਂਗੇ ਮਿਹਨਤ ਕਰਾਂਗੇ ਅਸੀਂ ਹਰ ਕੁਰਬਾਨੀ ਦੇਣ ਤਿਆਰ ਆ ਆ ਲੇਖੋ ਪੈਨਸਲ ਕਾਪੀ ਕੱਢ ਪੈਸੇ ਲਓ ਜੀ ਰੁਪਈਆ ਤੁਹਾਨੂੰ ਮੈਂ ਦੇ ਦਿੰਦਾ ਵਾ 2,00,000 2,00,000 ਡਨ ਹੋ ਗਿਆ ਲੇਕਿਨ ਉਹਦੀ ਇੱਕ ਸ਼ਰਤ ਆ ਕੀ ਸਵੇਰੇ ਤੁਸੀਂ ਇਹ ਸਾਰੇ ਅੱਡੇ ਉੱਡੇ ਵਿਹਲੇ ਕਰ ਦੇਣੇ ਆ ਕਿਉਂਕਿ ਮੈਂ ਇਹ 4,00,000 ਰੁਪਏ ਮਹੀਨੇ ਤੇ ਕਿਸੇ ਹੋਰ ਨੂੰ ਦੇਤੀ ਉਹਨੇ ਮੈਨੂੰ 12,00,000 ਐਡਵਾਂਸ ਦੇਣਾ ਉਹਦੇ ਚੋਂ ਮੈਂ ਤੁਹਾਨੂੰ 2,00,000 ਰੁਪਈਆ ਦੇ ਦਿੰਦਾ ਜੀ ਹਾਂਜੀ ਹੁਣ ਮੁੱਕ ਰਹੇ ਹੋ ਨਾ ਹੁਣ ਕਾਰੋਬਾਰ ਅਸੀਂ ਨਵਾਂ ਸ਼ੁਰੂ ਕਰਨਾ ਕਿੱਧਰ ਗਏ ਪਲਾਨ ਹਕੀਮ ਸਾਹਿਬ ਭਾਜੀ ਇਹ ਮਾਰਕੀਟ ਕਿਰਾਏ ਤੇ ਦੇਤੀ 12,00,000 ਐਡਵਾਂਸ ਮਿਲੇਗਾ 3 ਮਹੀਨੇ ਦਾ ਉਹਦੇ ਚੋਂ ਤੁਹਾਨੂੰ 2,00,000 ਦੇ ਕੇ 10,00,000 ਦਾ ਮੈਂ ਹੋਰ ਕਾਰੋਬਾਰ ਕਰ ਲਾਂਗਾ ਅਲਾ ਫਿਰ 2,00,000 ਦਾ ਆਪਾਂ ਜਦੋਂ ਐਸਾ ਐਸਾ ਵਧੇਗਾ ਫਿਰ ਆਪਣੀ ਭਾਈ ਵਾਲੀ ਜਿਹੜੀ ਆ ਉਹ ਇੰਜ ਪਿਆਰ ਮੁਹੱਬਤ ਦੇ ਨਾਲ ਚੱਲੀ ਜਾਏ ਤੇ ਕਰਜ਼ ਕਰਾਂ ਜਾਨੀ ਜੀ ਜੀ ਕਰੋ ਭਾਜੀ ਤੁਹਾਡਾ ਮੂੰਹ ਪਤਾ ਕੀ ਇੰਜ ਕੀ ਇੰਜ ਜਿਵੇਂ ਬਜਰੀ ਵਾਲਾ ਕੁਲਚਾ ਨਹੀਂ ਹੁੰਦਾ ਜੀ ਉਦਾਂ ਦਾ ਇਹ ਤੁਹਾਡਾ ਮੂੰਹ ਪਤਾ ਕੀ ਇੰਜ ਹੈ ਜੀ ਜੀ ਇਹ ਖੰਡਾ ਜੰਗੀ ਜਹਾਜ਼ ਹੁੰਦਾ ਜੀ ਹਾਂ ਇਦਾਂ ਹੀ ਬਸ ਕਰਨੀਆਂ ਨੇ 5,000 ਰੁਪਏ ਘੰਟੇ ਦਾ ਭਾਜੀ ਤੁਹਾਡਾ ਮੂੰਹ ਇੰਜ ਹੈ ਜਿਵੇਂ ਗੁੰਡੇ ਦੀ ਸਮਾਈਲ ਹੁੰਦੀ ਹੈ ਦੇਖਿਆ ਇਹ ਮੈਂ ਕਾਰੋਬਾਰ ਉਹ ਜਾਣ ਕੇ ਦੱਸਿਆ ਰੰਗ ਰੁੰਗ ਕਰਾ ਕੇ ਕਬਜ਼ਾ ਕਰਨ ਦੇਣਾ ਵਾ 12,00,000 ਚ 2,00,000 ਤੁਹਾਨੂੰ ਦਿਆਂਗਾ 10,00,000 ਦਾ ਮੈਂ ਕੋਈ ਕਾਰੋਬਾਰ ਕਰਨਾ ਨਾ 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 ਸਿਆਣੀ ਗੱਲ ਕਰਾਂਗਾ ਅੱਗੇ ਵੀ ਤੁਹਾਨੂੰ ਹਰ ਕਾਰੋਬਾਰ ਚੋਂ ਘਾਟਾ ਪਿਆ ਤੇ ਇਹ ਚੋਂ ਕਿਵੇਂ ਫਾਇਦਾ ਹੋ ਜਾਣਾ ਹਾਂ ਪਰ ਜੋ ਚੱਲਦਾ ਚੱਲਣ ਦਿਓ ਆਹੋ ਬੋਲ ਕਰਾਓ ਪਰੇ ਐਵੇਂ ਨਹੀਂ ਭਾਈ ਪਤਾ ਕਿੰਜ ਜਿਵੇਂ ਮਾਈ ਨੇ ਬੂਫਰ ਵਾਲੀ ਦੁਕਾਨ ਪਾਈ ਹੁੰਦੀ ਹਾਂ ਇਹ ਤੁਸੀਂ ਐਸੀ ਹੈ ਜਿਵੇਂ ਕੰਮ ਵਾਲੀ ਦਾ ਕੀਤਾ ਹੁੰਦਾ ਆਹ ਵਾ 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 ਇਹ ਭਾਈ ਸਾਹਿਬ ਤੁਸੀਂ ਵੀ ਐਂਜੋ ਟੀਮ ਕਰੇ ਤਾਂ ਠੁੱਡਾ ਲੱਗਾ ਹੁੰਦਾ ਆਹ ਜਾਨੀ ਸਾਹਿਬ ਤੁਸੀਂ ਐਂਜੋ ਗੂੰਗੇ ਦਾ ਨਾਰਾ ਲਾਇਆ ਹੁੰਦਾ ਤੁਸੀਂ ਵੀ ਐਂਜੋ ਇਸਤਰੀ ਦੀ ਚੁੰਝ ਨਾਲ ਸੈਨ ਕੀਤੇ ਹੁੰਦੇ ਤੁਸੀਂ ਵੀ ਐਂਜੋ ਜਿਵੇਂ ਨੇਜ਼ੇ ਅੱਗੇ ਟੀਕਾ ਲਾਇਆ ਹੁੰਦਾ ਜਾਨੀ ਸਾਹਿਬ ਤੁਸੀਂ ਐਂਜੋ ਨਲਕੀ ਲਈ ਵੇਟਰ ਲੰਗਿਆਂ ਵਿੱਚ ਲਾਤ ਆ ਗਈ ਹੁੰਦੀ ਤੂੰ ਵੀ ਐਂਜਾ ਫੁੜਕ ਕੇ ਬੰਦਾ ਸਿਹਤਮੰਦ ਹੋ ਗਿਆ ਹੁੰਦਾ ਭਾਜੀ ਕਾਰ ਲੈ ਲਈ ਨਵੀਂ ਤੇ ਐਂਜ ਇੱਕ ਖੇਮੇ ਚ ਵਾੜਤੀ ਫਿਰ
ਕਹਿੰਦਾ ਬਾਅਦ ਚੋਂ ਵੀ ਤਾਂ ਕਵਰ ਪਾਉਣਾ ਸੀ। ਮੈਂ ਕਿਹਾ ਚਲੋ ਇਹੀ ਸੀ। ਆ ਕਾਲੂ ਨੇ ਮਾੜਾ ਟੀਕਾ ਲਵਾ ਤਿਆ ਜਨੋਂ ਇਹ। ਮੈਂ ਕਿਹਾ ਮਿੱਠਾ ਜੀ ਟੋਕੇ ਚ ਰਾਤ ਕੱਟੀ ਹੁੰਦੀ ਕਹਿਤਾ ਤੂੰ ਟੋਕੇ ਚ। ਹਾਂ ਕਰਕੇ ਚਾਹ ਨਾਲ ਡੱਡੂ ਖਾਦਾ ਹੁੰਦਾ। ਚਲੋ ਜੀ ਓਏ ਗੁਲ ਗਪਾੜੇ ਤੇ ਫਿੰਸੀ ਨਿਕਲੀ ਹੁੰਦੀ ਗਮ ਸੇ ਹਮ ਕਿਨਾਰ ਦਾ ਚੇਜ਼ਾ ਕੀਤਾ ਹੁੰਦਾ ਜੀ। ਮਿੱਠਾ ਜੀ ਪੈਸੇ ਚਾਹ ਦੇ, ਇਹ ਖੁਸ਼ੀ ਦੇ ਵਿੱਚ ਤੁਸੀਂ ਇੱਥੇ ਵਿਹਾਰ ਕੀਤਾ ਸੀ। ਚਾਹ ਆਇਆ ਹੀ ਨਹੀਂ ਚਾਹ ਲਾ, ਪੈਸੇ ਕਾਹਦੇ ਚਾਹ ਦੇ। ਉਹ ਤੂੰ ਤਾਂ ਰਜਾ ਕਰ ਹੀ ਆ। ਮੈਂ ਬਗਾਰ ਤੇ ਨਹੀਂ ਆਇਆ। ਨਹੀਂ ਉਧਰ ਚੱਲ ਆਪਣੇ, ਤੂੰ ਤਾਂ ਚਾਹ ਬਣਾਉਣ ਆਇਆ ਸੀ ਬਸ। ਤੂੰ ਤਾਂ ਨਾ ਚੱਲ ਲੱਖ ਰੁਪਈਆ ਦੇ ਦੇ, ਅਸੀਂ ਜਰਾ 20,000 ਕਰਕੇ ਆਪਣੇ ਥੋੜਾ ਘਰਾਂ ਦੇ ਸਿਲਸਿਲੇ ਸਿੱਧੇ ਕਰ ਦਈਏ, ਫਿਰ ਲੈ ਲਵੀ ਆ। ਭਾਜੀ ਕਿੰਨਾ? 20,00,000 ਰੁਪਈਆ ਇੱਕ। ਚਲੋ ਲੱਖ ਨਹੀਂ ਦੇਣਾ, 40,000 ਦੇ ਦੋ, ਅਸੀਂ ਆਪਸ ਚ 10-10 ਵੰਡਣਾ ਵਾ, ਸਾਡੀ ਇੱਜ਼ਤ ਨਹੀਂ ਰਹਿਣੀ ਏਦਾਂ। ਚਲੋ ਸ਼ਾਬਾਸ਼ ਯਾਰ। ਮੈਂ ਕਹਿੰਦਾ ਜਾਨੀ ਖਾ ਚਲੇ ਜਾ, ਬਹਿ ਹੀ ਜਾਣਾ ਯਾਰ। ਕੀ ਹੋ ਗਿਆ ਵਾ, ਗੱਲ ਤੇ ਸੁਣ ਜਾ ਯਾਰ। ਲੱਖ ਰੁਪਈਆ ਦੇ ਦੇ ਚੱਲ, ਅਸੀਂ 4-5 ਜਣੇ ਆਪਣੇ ਬੱਚਾ ਕੀ, ਬੱਚਿਆਂ ਦੀਆਂ ਫੀਸਾਂ, ਘਰਾਂ ਦੇ ਬਿੱਲ ਬੁੱਲ, ਬੜਾ ਰੌਲਾ ਬਣਿਆ ਪਿਆ। ਨਾਲੇ ਮਾਰ ਪਣਾ ਦੁਕਾਨ, ਮੈਂ ਤੇਰੇ ਮਾਰ ਕੇ ਨਾ ਨੱਕ ਤੇਰਾ ਸੋਹਣਾ ਅੰਦਰ ਕਰਕੇ ਚਾਈਨੀਜ਼ ਬਣਾ ਦੇਣਾ ਤੈਨੂੰ, ਸਮਝ ਆਈ? ਹਕੀਮ ਬਣ ਕੇ ਵਿਆਹ ਕਰ। ਦੱਸ ਦੱਸ ਜਾਨੀ ਬਾਦਸ਼ਾਹ, ਇਹ ਜੰਗਲ ਦੀ ਬੈਲ ਹੁੰਦੀ ਭੈਣ? ਹਾਂਜੀ। ਮੈਂ ਕਿਹਾ ਜਾਂਦੀ ਬਾਹਰ ਦੀ ਜੰਗਲ ਦੀ ਬੈਲ ਹੁੰਦੀ। ਆਇਆ ਯਾਰ ਨਾ ਗੁੱਸਾ ਕਰਿਆ ਕਰ, ਟਾਰਜ਼ਨ ਦੇ ਉਸਤਾਦ ਬਹਿ ਜਾ। ਮੈਂ ਕਿਹਾ ਜੀ ਧੋਤੀ ਪਾਉਣ ਵਾਲਾ ਮੈਨੇਜਰ ਹੁੰਦਾ, ਨਰਸ ਨੇ ਲੱਤ ਘੁਮਾਈ ਹੁੰਦੀ। ਓਏ ਮੈਂ ਮਰ ਗਿਆ, ਰੇਗਿਸਤਾਨ ਦਾ ਗੇਟ ਹੁੰਦਾ। ਠੀਕ ਹੈ ਜੀ ਭਾਜੀ, ਠੀਕ ਹੈ ਜੀ। ਹਾਂਜੀ ਬੜਾ ਜਾਣ ਲੱਗੇ, ਖੁਸ਼ ਆਮਦੀਦ ਕਿਹਾ ਹੁੰਦਾ। ਐਸ ਰੁੱਖ ਦਰਖਤ ਤੋਂ ਗਿਆ ਹੁੰਦਾ ਮੈਂ। ਓਏ ਸਮੁੰਦਰ ਚ ਐ ਕਰਕੇ ਮੂੰਹ ਧੋਣ ਨਾਲ ਸਮੁੰਦਰ ਸੁੱਕ ਗਿਆ ਹੁੰਦਾ। ਨਸ਼ਾ ਕਰਨ ਵਾਲੀ ਬਿੱਲੀ ਹੁੰਦੀ। ਚਲਾ ਗਿਆ, ਜਾਣਾ ਹੀ ਸੀ। ਦੇਖਿਆ ਗੱਲ ਸੁਣਾ ਗਿਆ ਸਾਨੂੰ, ਹੈ ਤੁਸੀਂ ਮੇਰੇ ਦੁਆਲੇ ਹੋ ਗਏ, ਹੁਣ ਪੈਸੇ ਕਿਹਨੇ ਦੇਣੇ, ਮਿੱਠੇ ਨੇ ਦੇਣੇ ਕਿ ਤੂੰ ਦੇਣੇ? ਸਾਨੂੰ ਬਹਿਕਾਉਣ ਵਾਲਾ ਵੀ ਤੂੰ ਸੀ ਹਕੀਮਾ, ਤੇਰੇ ਕੰਮ ਹੀ ਸਾਰੇ ਪੁੱਠੇ ਆ, ਸਾਰੀ ਜ਼ਿੰਦਗੀ ਕੰਮ ਹੀ ਇਹ ਕੀਤੇ ਤੂੰ। ਅਲਰਟਾ ਬੰਦ ਕਰ ਦੇ, ਤੇਰੇ ਨੀਂਦ ਆਈ ਹੈ। ਓਏ ਕਿੰਨਾ ਸੌਣ ਲੱਗਾ ਆ, ਚਲੋ ਘਰਾਂ ਨੂੰ ਚੱਲੀਏ। ਚਲੋ ਆਊਗਾ ਜੀ ਹਕੀਮਾ, ਚੱਲਦੇ ਆ ਫਿਰ ਸਾਰੇ। ਚਲੋ ਫਿਰ ਉਹਨੂੰ ਸੁੱਤਾ ਰਹਿਣ ਦੋ।